ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ ਦਰਸ਼ਕੋ, ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੈਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਹੋਪਫੁਲੀ ਪੂਰਾ ਵੀਕ ਵਧੀਆ ਗਿਆ ਹੋਊਗਾ। ਜਦੋਂ ਲਾਸਟ ਪ੍ਰੋਗਰਾਮ ਮੈਂ ਤੁਹਾਡੇ ਰੂਬਰੂ ਹੋ ਕੇ ਗਿਆ ਸੀਗਾ, ਅਪ ਐਂਡ ਡਾਊਨਸ ਪੜ੍ਹੇ ਆਏ, ਪਰ ਆਪਾਂ ਅੱਜ ਇੱਕ ਡਿਫਰੈਂਟ ਵਿਸ਼ੇ 'ਤੇ ਗੱਲ ਕਰਨੀ ਹੈ। ਗੱਲ ਕਰੀਏ ਤਾਂ ਆਪਾਂ ਗ੍ਰੀਨ ਰੈਵੋਲਿਊਸ਼ਨ ਦੀ ਗੱਲ ਕੀਤੀ ਸੀ, ਜਦੋਂ ਡਾਕਟਰ ਇਸ਼ਪਾਲ ਸਿੰਘ ਬਾਜਵਾ ਉਚੇਚੇ ਤੌਰ 'ਤੇ ਸਾਡੇ ਸਟੂਡੀਓ ਪਿਛਲੇ ਸਾਲ ਵੀ ਆਏ ਹੋਏ ਸੀ, ਅਤੇ ਉਹਨਾਂ ਨਾਲ ਸਕਾਈਪ ਦੇ ਉੱਤੇ ਵੀ ਅਸੀਂ ਜਿਹੜੇ ਪ੍ਰੋਗਰਾਮ ਕੀਤੇ ਕਿ ਕਿੱਦਾਂ ਗ੍ਰੀਨ ਰੈਵੋਲਿਊਸ਼ਨ ਨੇ ਸਾਡੇ ਪੰਜਾਬ ਅਤੇ ਨਾਲ ਦੇ ਖਿੱਤਾ ਜਿਹੜਾ ਕਿ ਹਰਿਆਣਾ ਜਾਂ ਕੁਛ ਪਾਰਟ ਹੋ ਰਿਹਾ, ਉਹਨਾਂ ਨੂੰ ਹਰਾ ਭਰਾ ਤਾਂ ਕੀਤਾ ਪਰ ਨੁਕਸਾਨ ਕਾਫੀ ਕਰਕੇ ਗਏ। ਉਹਦਾ ਖਮਿਆਜ਼ਾ ਅੱਜ ਆਪਾਂ ਭੁਗਤ ਰਹੇ ਹਾਂ। ਪਾਣੀ ਦੀ ਕਮੀ ਅਤੇ ਰਸਾਇਣ ਪਦਾਰਥ ਯਾਨੀ ਕਿ ਫਰਟੀਲਾਈਜ਼ਰ ਪੇਸਟੀਸਾਈਡ ਪਾ ਪਾ ਕੇ ਜ਼ਮੀਨ ਜਿਹੜੀ ਆ ਉਹ ਵੀ ਬੰਜਰ ਹੋਣ ਦੇ ਕਗਾਰ 'ਤੇ ਹੈ। ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਸਭ ਤੋਂ ਵੱਡੀ ਗੱਲ ਦਰਸ਼ਕੋ ਇਹ ਆ ਜਾਂਦੀ ਹੈ ਕਿ ਕਿਸਾਨ ਮਾਲਾਮਾਲ ਹੋਇਆ, ਪਰ ਉਸ ਤੋਂ ਬਾਅਦ ਉਹਨੇ ਦੇਖਿਆ ਕਿ ਮੇਰਾ ਵਿੱਤੀ ਨੁਕਸਾਨ ਜਿਹੜਾ ਹੈ ਉਹ ਜ਼ਿਆਦਾ ਹੋ ਰਿਹਾ ਹੈ ਕਿਉਂਕਿ ਬਿਮਾਰੀ ਜਾਂ ਪੈਸਟੀਸਾਈਡਸ ਜਿਹੜੀਆਂ ਜ਼ਿਆਦਾ ਪੈ ਰਹੀਆਂ। ਜੇ ਆਪਾਂ ਗੱਲ ਕਰੀਏ ਦਰਸ਼ਕੋ, ਜਿਹੜਾ ਕਿਸਾਨ ਨਿਘਾਰ ਵੱਲ ਜਾ ਰਿਹਾ, ਉੱਥੇ ਉਹਦਾ ਕਿਸਾਨ ਅੰਦੋਲਨ ਵੀ ਹੁੰਦਾ ਹੈ ਅਤੇ ਕੋਈ ਨਿੱਕੀ ਮੋਟੀ ਗੱਲ 'ਤੇ ਲੋਕ ਸਾਥ ਵੀ ਦਿੰਦੇ ਕਿ ਜਿਹੜੀ ਮਾੜੀ ਕਿਸਾਨੀ ਹੈ ਉਹ ਮਾੜੇ ਪਾਸੇ ਜਾ ਰਹੀ ਹੈ, ਪਰ ਕਿਸੇ ਨੇ ਖੇਤ ਮਜ਼ਦੂਰਾਂ ਦਾ ਨਾਮ ਨਹੀਂ ਲਿਆ ਅੱਜ ਤੱਕ। ਖੇਤ ਮਜ਼ਦੂਰਾਂ ਦਾ ਨਾਮ ਅੱਜ ਤੱਕ ਨਹੀਂ ਲਿਆ, ਚਾਹੇ ਉਹਨਾਂ ਦੀ ਹਾਲਾਤ ਕੀ ਹੈ, ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਜਦੋਂ ਕਿਸਾਨ ਅੰਦੋਲਨ ਸੀ ਤਾਂ ਇਹੀ ਖੇਤ ਮਜ਼ਦੂਰ ਕਿਸਾਨਾਂ ਦੇ ਨਾਲ ਖੜ੍ਹੇ ਸੀਗੇ ਅਤੇ ਉਹ ਉਸ ਵੇਲੇ ਇਹ ਕਹਿੰਦੇ ਸੀਗੇ ਕਿ ਜ਼ਮੀਨਾਂ ਵਾਲਿਓ, ਖੇਤਾਂ ਵਾਲਿਓ, ਅਸੀਂ ਖੇਤ ਵਿਹੁਣੇ ਲੋਕ ਅੱਜ ਵੀ ਤੁਹਾਡੇ ਨਾਲ ਖੜ੍ਹੇ ਹਾਂ, ਤੁਸੀਂ ਝਾਤ ਮਾਰਿਓ ਆਪਦੀ ਜ਼ਿੰਦਗੀ 'ਚ। ਜਿਹੜੇ ਬੰਦੇ ਆਪਾਂ ਜੇ ਜ਼ਿਮੀਂਦਾਰ ਪਰਿਵਾਰ 'ਚੋਂ ਆਏ, 30-30, 40-40 ਸਾਲ ਲਾ ਕੇ ਕੋਈ ਬੰਦੇ ਥੱਕ ਹਾਰ ਕੇ ਜਦੋਂ ਸਰੀਰ 'ਚ ਇੰਨੀ ਸ਼ਮਤਾ ਨਹੀਂ ਰਹਿੰਦੀ ਤਾਂ ਵਿਚਾਰੇ ਘਰ ਬੈਠਦੇ ਹਾਂ, ਤਾਂ ਮੇਰਾ ਖਿਆਲ ਨਹੀਂ ਕਿ ਆਪਣਾ ਜਾਂ 1-2 ਕੇਸਾਂ ਨੂੰ ਛੱਡ ਕੇ ਕਿਸੇ ਨੇ ਉਹਨਾਂ ਨੂੰ ਕਿਸੇ ਨੇ ਬਾਤ ਪੁੱਛੀ ਹੋਵੇ, ਉਹਨਾਂ ਦੇ ਬੱਚੇ ਜੇ 2 ਫੁਲਕੇ ਦੇ ਦੇਣ ਤਾਂ ਠੀਕ ਹੈ, ਇੱਕ ਚੰਗਾ ਗੁਜ਼ਾਰਾ, ਚੰਗੇ ਕੱਪੜੇ ਤਾਂ ਬਹੁਤ ਬਾਅਦ ਦੀਆਂ ਗੱਲਾਂ, ਅਖੀਰ ਦੇ ਵਿੱਚ ਦਵਾਈ ਦੀਆਂ ਵੀ ਬਾਅਦ ਦੀਆਂ ਗੱਲਾਂ ਬਣ ਜਾਂਦੀਆਂ। ਕਿਸੇ ਨੇ ਖੇਤ ਮਜ਼ਦੂਰਾਂ ਦੀ ਨਾ, ਇਹ ਨਿਘਾਰ ਰਲ ਕਿਉਂ ਗਿਆ, ਕੀ ਕਾਰਨ ਸੀ, ਇਹਦੇ ਲਈ ਜੁੜੇ ਹੋਏ ਨੇ ਮਾਣਯੋਗ ਸੀਨੀਅਰ ਐਕਟੀਵਿਸਟ ਨੇ ਕਰਮ ਸਿੰਘ ਬਰਸ ਜੀ। ਬਰਸ ਸਰ, ਬਹੁਤ ਬਹੁਤ ਸਵਾਗਤ ਤੁਹਾਡਾ ਜਸ ਪੰਜਾਬੀ ਦੇ ਮੰਚ 'ਤੇ। ਧੰਨਵਾਦ ਭਾਜੀ। ਸਰ, ਮੈਨੂੰ ਇਹ ਦੱਸੋ ਵੀ ਖੇਤ ਮਜ਼ਦੂਰਾਂ ਦੀ ਜਿਹੜੀ ਬਦਹਾਲੀ ਦਾ ਮੁਲਾਂਕਣ ਅੱਜ ਤੱਕ ਕਿਉਂ ਨਹੀਂ ਹੋਇਆ ਤੁਹਾਡੇ ਅਨੁਸਾਰ? ਜਿਹੜਾ ਤੁਸੀਂ ਇੱਕ ਲੇਖ ਵੀ ਮੈਂ ਤੁਹਾਡਾ ਪੜ੍ਹਿਆ ਸੀ, ਬਹੁਤ ਸੋਹਣਾ ਸੀ, ਅੱਜ ਤੱਕ ਇਹ ਖੇਤ ਮਜ਼ਦੂਰਾਂ ਦੀ ਜਿਹੜੀ ਬੇਹਾਲੀ ਦਾ ਮੁਲਾਂਕਣ ਕਿਉਂ ਨਹੀਂ ਹੋਇਆ? ਭਾਜੀ, ਵੱਡੀ ਗੱਲ ਤਾਂ ਇਹ ਆ ਕਿ ਜਿਹੜੇ ਸਾਡੇ ਥਿੰਕਰ ਨੇ, ਪੰਜਾਬ ਦੇ ਚਿੰਤਕ ਨੇ, ਇੱਕ ਤਾਂ ਉਹ ਮੋਸਟਲੀ ਜੱਟ ਕਲਾਸਾਂ 'ਚ ਆਉਂਦੇ ਆ, ਦੂਜਾ ਪੰਜਾਬ ਦੇ ਦਲਿਤ ਮਜ਼ਦੂਰਾਂ ਦੀ ਆਪਣੀ ਕੋਈ ਤਾਕਤਵਰ ਜਥੇਬੰਦੀ ਨਾ ਹੋਣ ਕਰਕੇ ਇਹ ਜਮਾਤ ਵੋਕਲ ਨਹੀਂ ਹੈ, ਜਿਸ ਤਰ੍ਹਾਂ ਕਿਸਾਨੀ ਵੋਕਲ ਜਮਾਤ ਹੈ ਨਾ, ਵਡਬੋਲੀ ਜਮਾਤ ਆ, ਉਹਦੀ ਆਪਣੀ ਆਰਗੇਨਾਈਜੇਸ਼ਨ ਆ, ਸਰਕਾਰ ਦੁਆਰਾ ਥੋੜ੍ਹੀ ਬਹੁਤ ਪਹੁੰਚ ਵੀ ਆ, ਬਿਊਰੋਕ੍ਰੇਸੀ ਵੀ ਉਹਨਾਂ ਦਾ ਸਾਥ ਦਿੰਦੀ ਆ ਕਿਸੇ ਹੱਦ ਤੱਕ, ਇਸ ਕਰਕੇ ਉਹਨਾਂ ਦੀ ਗੱਲ ਜ਼ਿਆਦਾ ਹੁੰਦੀ ਆ, ਅਤੇ ਖੇਤ ਮਜ਼ਦੂਰਾਂ ਦੀ ਕਿਉਂਕਿ ਮਾਰਜਨ 'ਤੇ ਬੈਠਿਆ, ਉਹਨਾਂ ਨੂੰ ਕੋਈ ਧਿਆਨ ਨਹੀਂ ਦੇ ਰਿਹਾ ਉਹਨਾਂ ਵੱਲ। ਬਰਸਟ ਸਾਹਿਬ, ਕਰਮ ਭਾਜੀ, ਗੱਲ ਉੱਥੇ ਆ ਜਾਂਦੀ ਹੈ ਕਿ ਤੁਸੀਂ ਕਿਹਾ ਕਿ ਉਹਨਾਂ ਦੀ ਆਪ ਜੀ ਜਥੇਬੰਦਕ ਢਾਂਚਾ ਵੀ ਹੈ ਨਹੀਂ ਸੀ ਅਤੇ ਉਹ ਖੜ੍ਹੇ ਵੀ ਨਹੀਂ ਹੋਏ। ਜੇ ਆਪਾਂ ਪਿੰਡਾਂ ਦੀ ਗੱਲ ਕਰੀਏ ਤਾਂ ਜ਼ਮਾਨਾ ਜਿਹੜਾ ਦੂਜੇ ਪਾਸੇ ਗੁਜ਼ਰ ਰਿਹਾ, ਆਪਾਂ 21ਵੀਂ ਸਦੀ ਨੂੰ ਪਾਰ ਕਰਨ ਵਾਲੇ ਹਾਂ, ਹੁਣ ਬੱਚੇ ਪੜ੍ਹਾਈ ਲਿਖਾਈ ਵੱਲ ਵੀ ਧਿਆਨ ਦਿੰਦੇ ਆ, ਪਰ ਜੇ ਉਹਨਾਂ ਦਾ ਹਾਲਾਤ ਦੇਖੀਏ, ਉਹਨਾਂ ਦੇ ਬੱਚਿਆਂ ਦਾ ਦੇਖੀਏ, 1-1.5% ਨੂੰ ਛੱਡ ਕੇ ਬਾਕੀ ਬੱਚੇ ਉਸੇ ਕਿੱਤੇ 'ਚ ਲੱਗ ਜਾਂਦੇ ਆ। ਕੋਈ ਵੀ ਵੱਡਾ ਜ਼ਿਮੀਂਦਾਰ ਜਾਂ ਮੀਡੀਅਮ ਸਾਈਜ਼ ਜ਼ਿਮੀਂਦਾਰ ਉਹਨਾਂ ਦੀ ਬਾਂਹ ਕਿਉਂ ਨਹੀਂ ਫੜਦਾ ਗਾ? ਹਾਲਾਂਕਿ ਮੈਂ ਜਾਂ ਤੁਸੀਂ ਵੀ ਇੱਕ ਜ਼ਿਮੀਂਦਾਰ ਪਰਿਵਾਰ 'ਚੋਂ ਆਓਗੇ, ਕਿਸੇ 'ਤੇ ਉਂਗਲੀ ਚੱਕਣਾ ਉਨਾ ਹੀ ਸੌਖਾ ਹੁੰਦਾ ਜਿੱਤੇ ਆਪਣੀ ਸਹਿਣ ਵਾਸਤੇ, ਆਪਣੇ 'ਤੇ ਕੋਈ ਚੱਕੇ ਤਾਂ ਸਹਿਣਾ ਔਖਾ ਹੋ ਜਾਂਦਾ। ਹੁਣ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਸਾਡੇ ਵਿੱਚ ਇੱਕ ਐਜ਼ ਅ ਜ਼ਿਮੀਂਦਾਰਾਂ ਦੀ ਗੱਲ ਕਰ ਲਈਏ ਜਾਂ ਜਿਹੜੇ ਹੋਰ ਧਨਾੜ ਲੋਕ ਰਹਿੰਦੇ, ਚਾਹੇ ਕਿਸੇ ਹੋਰ ਕਿੱਤੇ ਨਾ, ਜੇ ਉਹਨਾਂ ਕੋਲ ਵੀ ਮਜ਼ਦੂਰ ਰਹਿੰਦਾ ਆ, ਕਿਤੇ ਨਾ ਕਿਤੇ ਐਜੂਕੇਸ਼ਨ ਜਾਂ ਇਹਨਾਂ ਚੀਜ਼ਾਂ ਦੀ ਘਾਟ ਹੈ ਕਿ ਅਸੀਂ ਵੀ ਉਹਨਾਂ ਦੀ ਬਾਂਹ ਫੜ ਕੇ ਉਹਨਾਂ ਨੂੰ ਉੱਪਰ ਚੱਕੀਏ, ਜਾਂ ਫਿਰ ਆਹ ਇੱਕ ਸਿਧਾਂਤ ਹੈ ਕਿ ਦਿਮਾਗ ਦੇ ਵਿੱਚ ਜਿਹੜਾ ਹੋਇਆ ਕਿ ਨਹੀਂ ਜੇ ਇਹਨਾਂ ਦੇ ਬੱਚੇ ਪੜ੍ਹ ਗਏ ਤਾਂ ਸਾਡੇ ਬੱਚਿਆਂ ਦੇ ਮੂਹਰੇ ਨੌਕਰ ਕੌਣ ਲੱਗੂਗਾ? ਇਹ ਵੀ ਇੱਕ ਚੀਜ਼ ਰੋਲ ਅਦਾ ਕਰਦੀ ਹੈ। ਬਿਲਕੁਲ ਠੀਕ ਹੈ ਭਾਈ ਤੁਹਾਡੀ ਗੱਲ, ਮੈਂ ਤੁਹਾਨੂੰ ਇੱਕ ਗੱਲ ਸਮਝਾਉਂਦਾ। ਜਦੋਂ ਮੈਂ ਬਚਪਨ 'ਚ ਸੀ ਤਾਂ ਮੇਰਾ ਭਰਾ ਹੀ ਮਤਲਬ ਕਿ ਕਹਿ ਰਿਹਾ ਸੀਗਾ, ਮੈਂ ਗੱਲ ਕੀਤੀ ਵੀ ਦਲਿਤਾਂ ਦੇ ਮੁੰਡਿਆਂ ਨੂੰ ਵੀ ਪੜ੍ਹਾਈ ਵੱਲ ਪ੍ਰੇਰਿਤ ਕਰੀਏ, ਉਹਨਾਂ ਨੂੰ ਵੀ ਮਤਲਬ ਸਕੂਲ 'ਚ ਇਨਰੋਲਮੈਂਟ ਵਾਸਤੇ ਮਤਲਬ ਕਿ ਉਤਸ਼ਾਹਿਤ ਕਰੀਏ, ਤਾਂ ਉਹਨਾਂ ਨੇ ਮਤਲਬ ਇੱਕ ਜਵਾਬ ਪਤਾ ਕੀ ਸੀ, ਕਹਿੰਦਾ ਯਾਰ ਜੇ ਸਾਰੇ ਪੜ੍ਹਨ ਲੱਗ ਗਏ ਤਾਂ ਆਪਣੇ ਖੋਲ੍ਹਿਆ ਕੌਣ ਸਾਫ਼ ਕਰੇਗਾ?
ਮਤਲਬ ਕਿ ਪੰਜਾਬ ਵਿੱਚ ਅਜੇ ਵੀ ਜਾਤ ਪਾਤ ਦਾ ਸਿਸਟਮ ਕਾਫੀ ਭਾਰੂ ਆ ਤੇ ਲੋਕ ਇਹ ਆ ਕਿ ਜੇ ਦਲਿਤਾਂ ਦੇ ਮੁੰਡੇ ਪੜ੍ਹ ਗਏ ਤਾਂ ਇਹ ਸਾਡੇ ਬਰਾਬਰ ਹੋ ਕੇ ਚੱਲਣਗੇ ਤੇ ਸਾਡੀ ਈਨ ਨਹੀਂ ਮੰਨਣਗੇ। ਸੋ ਇਸ ਕਰਕੇ ਕਿ ਇਹ ਚੰਗੇ ਆ ਕਿ ਇਹ ਨੀਵੇਂ ਪਾਸੇ ਰਹਿਣ, ਇਹ ਮਤਲਬ ਇਹ ਜਾਤ ਪਾਤ ਕਰਕੇ ਮਤਲਬ ਇਹ ਇੱਕ ਕਾਰਨ ਹੈ ਕਿ ਜਦੋਂ ਵੀ ਖੇਤ ਮਜ਼ਦੂਰਾਂ ਵੱਲੋਂ ਕੋਈ ਵੀ ਨਿੱਕੀ ਮੋਟੀ ਡਿਮਾਂਡ ਉੱਠਦੀ ਹੈ, ਭਾਵੇਂ ਦਿਹਾੜੀ ਵਿੱਚ ਵਾਧੇ ਦੀ ਹੋਵੇ ਜਾਂ ਹੋਰ ਕਰਜ਼ੇ ਵਾਸਤੇ ਹੋਵੇ ਤੇ ਜਾਂ ਕਰਜ਼ਾ ਮਤਲਬ ਕਿ ਮੁਕਤੀ ਵਾਸਤੇ ਹੋਵੇ, ਤਾਂ ਮਤਲਬ ਕਿ ਕਿਸਾਨ ਪਰਿਵਾਰਾਂ ਦੇ ਅੰਦਰੋਂ ਇੱਕ ਗੁੱਝਾ ਵਿਰੋਧ ਸ਼ੁਰੂ ਹੋ ਜਾਂਦਾ ਕਿ ਯਾਰ ਇਹ ਸਾਰਾ ਕੁਛ ਤਾਂ ਲਈ ਜਾਂਦੇ ਆ, ਰਿਜ਼ਰਵੇਸ਼ਨ ਇਹ ਦੇਈ ਜਾਂਦੇ ਆ, ਸਬਸਿਡੀਆਂ ਇਹਨਾਂ ਨੂੰ ਮਿਲੀ ਜਾਂਦੀ ਆ, ਮੁਫਤ ਬਿਜਲੀ ਇਹਨਾਂ ਨੂੰ ਮਿਲੀ ਜਾਂਦੀ ਆ, ਵੀ ਇਹਨਾਂ ਨੂੰ ਹੋਰ ਕੀ ਚਾਹੀਦਾ। ਪਰ ਉਹ ਗਰਾਊਂਡ ਰਿਐਲਿਟੀ ਨਹੀਂ ਦੇਖਦੇ ਕਿ ਅਸਲ 'ਚ ਖੇਤ ਮਜ਼ਦੂਰਾਂ ਦੀ ਹਾਲਤ ਕੀ ਆ, ਕਿੱਥੋਂ ਤੱਕ ਜਾ ਚੁੱਕੀ ਆ। ਸਰ, ਇੱਕ ਤੁਹਾਡੀ ਲੇਖ ਦੇ ਵਿੱਚ ਇੱਕ ਹੈਗਾ ਕਿ ਦੋ ਧਾਰੀ ਤਲਵਾਰ ਹੈ ਖੇਤੀ ਵਿੱਚ ਪੰਜਾਬ ਮਜ਼ਦੂਰਾਂ ਦਾ ਵਿਕਾਸ ਉਹਦੇ ਉੱਤੇ, ਇਹ ਦੋ ਧਾਰੀ ਤਲਵਾਰ ਜਦੋਂ ਤੁਸੀਂ ਗੱਲ ਕਰਦੇ ਹੋ, ਕੀ ਕਹਿਣਾ ਚਾਹ ਰਹੇ ਹੋ ਤੁਸੀਂ? ਮਤਲਬ ਕਿ ਤੁਸੀਂ ਜ਼ਿੰਮੇਦਾਰ ਅਤੇ ਧਨਾੜ ਲੋਕਾਂ ਦੀ ਗੱਲ ਕਰ ਰਹੇ ਹੋ ਜਾਂ ਸੋਚ ਦੀ ਗੱਲ ਕਰ ਰਹੇ ਹੋ? ਅੱਜ ਸੋਚ ਦੀ ਗੱਲ ਵੀ ਹੈ ਅਤੇ ਮਤਲਬ ਕਿ ਧਨਾੜ ਲੋਕਾਂ ਦੀ, ਮਤਲਬ ਗੱਲ ਇਹ ਆ ਕਿ 1966 ਤੋਂ ਪਹਿਲਾਂ ਜਦੋਂ ਗ੍ਰੀਨ ਰੈਵੋਲਿਊਸ਼ਨ ਨਹੀਂ ਸੀ ਹਾਂਜੀ ਹਾਂਜੀ ਤਾਂ ਜਿਹੜੀ ਖੇਤੀ ਦਾ ਪੈਟਰਨ ਸੀਗਾ, ਮਤਲਬ ਕਿ ਬਹੁਤ ਵੱਡੇ ਵੱਡੇ ਲੈਂਡ ਲਾਰਡ ਰਿਸ਼ਤੇਦਾਰ ਅਤੇ ਮਤਲਬ ਕਿ ਧਨੀ ਕਿਸਾਨ ਸੀ, ਜ਼ਮੀਰਦਾਰ ਟਾਈਪ ਲੋਕ ਸੀ। ਅਤੇ ਗ੍ਰੀਨ ਰੈਵੋਲਿਊਸ਼ਨ ਤੋਂ ਬਾਅਦ ਜਿੰਨੀ ਖੇਤੀ ਮਸ਼ੀਨਰੀ ਆਈ ਆ ਤਾਂ ਉਹ ਜਿਹੜੇ ਵੱਡੇ ਐਬਸੈਂਟੀ ਲੈਂਡ ਲਾਰਡ ਸੀ ਉਹ ਆਲਮੋਸਟ ਖਤਮ ਹੋ ਗਏ। ਹਾਂ, ਤੇ ਜਿਹੜੇ ਵੱਡੇ ਜ਼ਿਮੀਂਦਾਰ ਧਨੀ ਕਿਸਾਨ ਆਏ ਉਹਨਾਂ ਨੇ ਖੁਦ ਖੇਤੀ ਕਰਨੀ ਸ਼ੁਰੂ ਕੀਤੀ, ਆਪਣੀ ਖੇਤੀ ਦੇ ਨਾਲ ਨਾਲ ਉਹਨਾਂ ਨੂੰ ਦਿਹਾੜੀਦਾਰ ਮਜ਼ਦੂਰਾਂ ਦੀ ਲੋੜ ਪਈ। ਤੇ ਇਹਦੇ ਕਰਕੇ ਮਤਲਬ ਪੰਜਾਬ ਵਿੱਚ ਪੂੰਜੀਵਾਦ ਦੀ ਡਿਵੈਲਪਮੈਂਟ ਸ਼ੁਰੂ ਹੋਈ ਖੇਤੀ ਵਿੱਚ। ਪੂੰਜੀਵਾਦ ਦੀ ਡਿਵੈਲਪਮੈਂਟ ਹੁੰਦੀ ਹੈ ਨਾ ਕਿਸੇ ਵੀ ਖੇਤਰ ਵਿੱਚ, ਇੰਡਸਟਰੀ ਵਿੱਚ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਬਹੁਤ ਬੇਰੁਜ਼ਗਾਰੀ ਹੁੰਦੀ ਹੈ, ਹੋਰ ਸਾਰਾ ਕੁਛ ਹੁੰਦਾ। ਜਦੋਂ ਖੇਤੀ ਵਿੱਚ ਹੁੰਦੀ ਹੈ ਤਾਂ ਉਹ ਇੱਕ ਪਾਸੇ ਤਾਂ ਮਜ਼ਦੂਰਾਂ ਨੂੰ ਖੇਤੀ ਤੋਂ ਮੁਕਤ ਕਰਦੀ ਹੈ, ਬੇਰੁਜ਼ਗਾਰ ਬਣਾਉਂਦੀ ਹੈ। ਸਰਦਾਰ ਕਰਮ ਸਿੰਘ ਜੀ, ਮੈਂ ਤੁਹਾਨੂੰ ਰੋਕਣਾ ਚਾਹੂੰਗਾ, ਥੋੜ੍ਹਾ ਜਿਹਾ ਪਿੱਛੇ ਹੋ ਜਾਓ ਤੁਸੀਂ ਨਾ, ਫਰੇਮ 'ਚੋਂ ਬਾਹਰ ਨਿਕਲ, ਥੋੜ੍ਹਾ ਜਿਹਾ ਪਿੱਛੇ। ਹਾਂਜੀ ਹਾਂਜੀ, ਜਾਰੀ ਰੱਖੋ, ਬਿਲਕੁਲ ਸਹੀ। ਹਾਂਜੀ ਜੀ, ਉਹ ਖੇਤੀ ਮਤਲਬ ਪੂੰਜੀਵਾਦ ਦਾ ਦੋ ਧਾਰੀ ਤਲਵਾਰ ਇਸ ਕਰਕੇ ਕੰਮ ਕਰਦਾ ਕਿ ਉਹ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਵੀ ਤੇ ਖੇਤ ਮਜ਼ਦੂਰਾਂ ਨੂੰ ਵੀ ਖੇਤੀ ਤੋਂ ਬਾਹਰ ਕਰ ਦਿੰਦਾ। ਤੇ ਜਿਹੜੀ ਉਹ ਬਾਹਰ ਹੋਈ ਗਿਣਤੀ ਆ ਉਹ ਕਿਸੇ ਕੰਮ ਜੋਗੀ ਨਹੀਂ ਰਹਿੰਦੀ, ਇੰਡਸਟਰੀ ਉਹਨਾਂ ਨੂੰ ਅਬਜ਼ੋਰਬ ਨਹੀਂ ਕਰ ਪਾਉਂਦੀ, ਗਵਰਨਮੈਂਟ ਜੋਬਜ਼ ਉਹਨਾਂ ਵਾਸਤੇ ਨਹੀਂ ਰਹੀਆਂ। ਤੇ ਇਸ ਕਰਕੇ ਬੇਰੁਜ਼ਗਾਰੀ ਬਹੁਤ ਵੱਡੀ ਫੌਜ ਹੋ ਰਹੀ ਹੈ ਆਪਣੇ ਪੰਜਾਬ ਦੇ ਅੰਦਰ, ਜਿਨ੍ਹਾਂ ਲਈ ਕੋਈ ਕੰਮ ਨਹੀਂ ਤੇ ਉਹ ਭਟਕਦੇ ਹੋਏ ਨਸ਼ਿਆਂ ਦੇ ਵੱਲ ਜਾ ਰਹੇ ਨੇ, ਨਿੱਕੇ ਚੋਰੀਆਂ ਵੱਲ ਜਾ ਰਹੇ ਨੇ, ਜਾਂ ਹੋਰ ਥੋੜ੍ਹਾ ਵੱਧ ਕਹਿ ਲਈਏ ਕਿ ਪੰਜਾਬ ਵਿੱਚ ਥੋੜ੍ਹਾ ਗੈਂਗਸਟਰ ਕਲਚਰ ਜਿਹੜਾ ਫੈਲ ਰਿਹਾ ਉਹ ਵੀ ਇਸੇ ਦਾ ਨਤੀਜਾ ਹੈਗਾ ਇੱਕ। ਬਰਸਟ ਸਾਹਿਬ, ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੀ ਸੋਚ ਦੀ ਵਿਭਿੰਨਤਾ ਆ ਕਿ ਹਾਂ, ਜੇ ਇਹਨਾਂ ਦੇ ਬੱਚੇ ਕਾਮਯਾਬ ਹੋ ਗਏ ਤਾਂ ਸਾਡੇ ਬਰਾਬਰ, ਸਾਡੀ ਈਨ ਨਹੀਂ ਮੰਨਣਗੇ, ਫਿਰ ਇਹਦਾ ਮਤਲਬ ਆਪਾਂ ਚਾਹੇ ਜਿਹੜੇ ਵੀ ਮਰਜ਼ੀ ਉੱਚੀ ਛੇ, ਮੈਂ ਤਾਂ ਇਹਨਾਂ ਚੀਜ਼ਾਂ 'ਚ ਬਿਲੀਵ ਨਹੀਂ ਕਰਦਾ, ਫਿਰ ਆਪਾਂ ਗੁਰੂ ਸਾਹਿਬ ਜਿਹੜੇ 10 ਗੁਰੂ ਸਾਹਿਬ ਆਪਦੇ ਜਿਹੜੇ ਇਨਸਾਨੀ ਜਾਮੇ ਦੇ ਵਿੱਚ 200-250 ਸਾਲ ਜੋ ਚੀਜ਼ਾਂ ਦੱਸ ਕੇ ਗਏ ਆ, ਉਸ ਫਲਸਫੇ ਤੋਂ ਆਪਾਂ ਹਾਲੇ ਵੀ ਬਹੁਤ ਦੂਰ ਹਾਂ ਉਹਨਾਂ ਚੀਜ਼ਾਂ ਦੇ ਬਰਾਬਰ। ਉਹ ਤਾਂ ਕਹਿ ਗਏ ਸੀ ਮਾਨਸ ਕੀ ਜਾਤ ਸਭਿਆ ਇੱਕ ਪਹਿਚਾਨ ਵੋ, ਜੇ ਕੋਈ ਬੰਦਾ ਆਪਣੇ ਕੰਮ ਕਰਦਾ ਆ ਤਾਂ ਉਸੇ ਚੀਜ਼ ਦਾ ਹੱਕਦਾਰ ਆ, ਆਪਾਂ ਇੱਕ ਚੰਗੀ ਰੋਟੀ ਦੇ ਦਿੰਦੇ ਹਾਂ ਉਹਨੂੰ ਆਪਦੇ ਨਾਲ ਬਿਠਾਲ ਕੇ, ਜਾਂ ਜੋ ਬਣਦੀ ਸਰਦੀ ਤਨਖਾਹ, ਹਾਲਾਂਕਿ ਤਨਖਾਹ ਤਾਂ ਮੈਂ ਬਾਅਦ 'ਚ ਆਉਣਾ ਉਨੀ ਮਿਲਦੀ ਨਹੀਂ ਹੈ, ਪਰ ਜਦੋਂ ਬੰਦਾ ਰਿਟਾਇਰ ਹੋ ਜਾਂਦਾ ਆਪਾਂ ਉਹਦੀ ਕੇਅਰ ਨਹੀਂ ਕਰਦੇ, ਉਹਦੇ ਬੱਚੇ ਜਿੰਨੇ ਕੁ ਜੋਗੇ ਹੁੰਦੇ ਦਾਲ ਫੁਲਕਾ ਦੇਈ ਜਾਂਦੇ, ਚੰਗੀਆਂ ਦਵਾਈਆਂ ਕੱਪੜੇ, ਬਹੁਤ ਦੂਰ ਦੀ ਗੱਲ ਹੈ। ਇਹਦਾ ਮਤਲਬ ਆਪਾਂ ਕਿਤੇ ਨਾ ਕਿਤੇ ਉਸ ਫਲਸਫੇ ਤੋਂ ਦੂਰ ਇਹ ਚੀਜ਼ ਨੂੰ ਮੰਨਦੇ ਹੋ ਤੁਸੀਂ? ਬਿਲਕੁਲ ਜੀ, ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਮਤਲਬ ਕਿ ਦੇਹਾਂਤ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਸੀਨ ਤੇ ਆਏ ਤੇ ਉਹਨਾਂ ਨੇ ਕਾਫੀ ਤਬਦੀਲੀਆਂ ਲਿਆਂਦੀਆਂ। ਭਾਈ ਬਾਜ ਸਿੰਘ ਨੂੰ ਨੇ ਸਰਹੰਦ ਦਾ ਸੂਬੇਦਾਰ ਥਾਪਿਆ ਤੇ ਹਰੀਜਨ ਤੇ ਦਲਿਤ ਪਰਿਵਾਰਾਂ ਨੂੰ, ਛੋਟੇ ਕਿਸਾਨ ਪਰਿਵਾਰਾਂ ਨੂੰ ਜ਼ਮੀਨਾਂ ਤੱਕ ਅਲਾਟ ਕੀਤੀਆਂ। ਤੁਸੀਂ ਨਾ ਬਰਸਟ ਸਾਹਿਬ, ਸਰਦਾਰ ਕਰਮ ਸਿੰਘ ਜੀ ਬਹੁਤ ਸੋਹਣੀ ਗੱਲ ਕੀਤੀ ਵੀ ਉਹਨਾਂ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਏ ਤਾਂ ਉਹਨਾਂ ਨੇ ਜ਼ਮੀਨਾਂ ਦਾ ਕਿੱਦਾਂ ਅਲਾਟਮੈਂਟ ਕੀਤੀ, ਬਹੁਤ ਵਧੀਆ ਤੁਸੀਂ ਗੱਲ ਕਰ ਰਹੇ ਹੋ। ਪਰ ਰੁਕਣਾ ਪੈ ਰਿਹਾ ਕੁਇਕ ਬ੍ਰੇਕ ਲਈ, ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਣਯੋਗ ਕਰਮ ਸਿੰਘ ਬਰਸਟ ਜੀ, ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਤੇ ਬਣੇ ਰਹੋ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ, ਮੈਂ ਤੁਹਾਡਾ ਗੁਰਲਾਲ ਗੱਲ ਕਰ ਰਿਹਾ।
ਖੇਤੀ ਮਜ਼ਦੂਰਾਂ ਦੀ ਬਦਹਾਲੀ ਪੰਜਾਬ ਜਾਂ ਪੂਰੇ ਭਾਰਤ ਦੀ ਗੱਲ ਕਰ ਲਈ, ਆਪਣਾ ਬਣੇ ਹੋਏ ਨੇ ਉੱਗੇ ਵਿਸ਼ਲੇਸ਼ਕ ਕਰਮ ਸਿੰਘ ਬਰਸਟ। ਬਰਸਟ ਸਰ, ਸਵਾਗਤ ਜੀ ਤੁਹਾਡਾ। ਆਫਟਰ ਬ੍ਰੇਕ ਆਪਾਂ ਗੱਲ ਕਰ ਰਹੇ ਸੀ ਗੁਰੂ ਸਾਹਿਬ ਦੀ, ਤੁਸੀਂ ਦੱਸਿਆ ਸੀਗਾ ਕਿ ਬੰਦਾ ਸਿੰਘ ਬਹਾਦਰ ਆਇਆ, ਫਿਰ ਜ਼ਮੀਨਾਂ ਦੀ ਅਲਾਟਮੈਂਟ, ਉੱਥੋਂ ਤੁਸੀਂ ਜਾਰੀ ਰੱਖੋ, ਫਿਰ ਆਪਾਂ ਅੱਗੇ ਵੱਧਦੇ ਹਾਂ। ਹਾਂਜੀ, ਮਤਲਬ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਜਗੀਰਦਾਰੀ ਨੂੰ ਤੋੜਨ ਲਈ ਕਾਫੀ ਕੰਮ ਕੀਤਾ, ਪਰ ਜਿਹੜੇ ਉੱਭਰ ਰਹੇ ਜਗੀਰਦਾਰ ਸੀਗੇ ਜਾਂ ਹੋਰ, ਜਿਵੇਂ ਖਾਵੇਂ ਤੋਂ ਨਾ ਗਣਾ, ਭਾਵੇਂ ਕੰਟਰੋਵਰਸੀ ਇਹਦੇ 'ਚ ਕਿ ਬਾਬਾ ਸਿੰਘ ਦੇ ਖਿਲਾਫ ਭਾਈ ਕਾਹਨ ਸਿੰਘ, ਬਾਬਾ ਵਿਨੋਦ ਸਿੰਘ ਉੱਠ ਕੇ ਖੜੇ ਹੋਏ। ਬਹਾਨਾ ਇਹ ਲਾਇਆ ਕਿ ਮਾਤਾ ਸੁੰਦਰੀ ਜੀ ਨੇ ਬੰਦਾ ਬਹਾਦਰ ਜੀ ਦੇ ਖਿਲਾਫ਼ ਕੋਈ ਹੁਕਮਨਾਮੇ ਜਾਰੀ ਕੀਤੇ ਆ, ਇਹਨਾਂ ਨੇ ਹੁਕਮ ਨਹੀਂ ਮੰਨਿਆ, ਇਹਨਾਂ ਨੇ ਵਿਆਹ ਕਰਾ ਲਿਆ, ਇਹ ਗ੍ਰਹਿਸਤ ਜੀਵਨ ਵਿੱਚ ਚਲੇ ਗਏ, ਇਸ ਤਰ੍ਹਾਂ ਦੇ ਕੁਛ ਇਲਜ਼ਾਮ ਬਾਬਾ ਬੰਦਾ ਸਿੰਘ 'ਤੇ ਲਗਾਏ ਗਏ। ਤਾਂ ਇਹਦੇ ਦੌਰਾਨ ਹੀ ਮੁਗਲ ਹਕੂਮਤ ਨੇ ਜਿਹੜੇ ਪੋਲੇ ਸਿੱਖ ਕਹਿ ਲਈਏ ਜਾਂ ਮਤਲਬ ਕਿ ਬਕਾਊ ਮਾਲ ਕਹਿ ਲਈਏ, ਉਹਨਾਂ ਨੂੰ ਆਪਣੇ ਹੱਥ ਵਿੱਚ ਵਸ ਕਰਕੇ ਜਦੋਂ ਬੰਦਾ ਸਿੰਘ ਬਹਾਦਰ ਉਹਦੇ 'ਚ ਗੜੀ ਨੰਗਲ ਦੀ ਗੜੀ ਵਿੱਚ ਘਿਰੇ ਨੇ, ਤਾਂ ਉਹਨਾਂ ਨੂੰ ਘੇਰਨ ਵਿੱਚ ਭਾਈ ਕਾਹਨ ਸਿੰਘ, ਭਾਈ ਵਿਨੋਦ ਸਿੰਘ ਵਰਗਿਆਂ ਦਾ ਵੀ ਯੋਗਦਾਨ ਸੀਗਾ। ਇਹ ਲੋਕ ਮੁਗਲ ਫੌਜ ਦੇ ਹੁਕਮ ਦੇ ਨਾਲ, ਕਿਉਂਕਿ ਇਹਨਾਂ ਨੂੰ ਬੰਦਾ ਬਹਾਦਰ ਸਿੰਘ ਦੀ ਵਾਰ ਸਟਰੈਟਜੀ, ਯੁੱਧ ਦੀ ਰਣਨੀਤੀ ਬਾਰੇ ਬਹੁਤ ਜਾਣਕਾਰੀ ਸੀ ਵੀ ਉਹ ਕਿੱਦਾਂ ਲੜਦੇ ਆ, ਕਿੱਦਾਂ ਛੁਪਦੇ ਆ, ਕਿੱਦਾਂ ਮਤਲਬ ਕਿ ਗਰੀਲਾ ਵਾਰ 'ਚ ਹਮਲਾ ਕਰਦੇ ਆ, ਤਾਂ ਇਹ ਸਾਰਾ ਕੁਝ ਮੁਗਲ ਹਕੂਮਤ ਨੂੰ ਦੱਸਿਆ ਗਿਆ। ਇਸੇ ਕਰਕੇ ਭਾਈ ਆਪਣਾ ਬਾਬਾ ਬੰਦਾ ਸਿੰਘ ਬਹਾਦਰ ਗੜੀ ਵਿੱਚ ਘਿਰੇ ਗੁਰਦਾਸ ਨਗਰ ਦੀ ਗਲੀ ਵਿੱਚ। ਕਰਮ ਸਿੰਘ ਜੀ, ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਤੋਂ ਬਾਅਦ ਪੰਜਾਬ ਦੀ ਖੇਤੀ ਸੈਕਟਰ ਵਿੱਚ ਜਗੀਰਦਾਰੀ ਦੁਬਾਰਾ ਤੋਂ ਭਾਰੂ ਹੋ ਗਈ। ਮਿਸਲਾਂ ਦੇ ਰੂਪ ਵਿੱਚ ਆਈ ਅਤੇ ਮਿਸਲਾਂ ਨੂੰ ਫਿਰ ਇੱਕਜੁੱਟ ਕਰ ਲਈ। ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਉਹ ਕਹਿਣ ਨੂੰ ਭਾਵੇਂ ਸਿੱਖ ਰਾਜ ਆ, ਭਾਵੇਂ ਉਹ ਸੈਕੂਲਰ ਰਾਜ ਵੀ ਕਿਹਾ ਜਾ ਸਕਦਾ, ਵੀ ਉਹ 'ਚ ਮੁਸਲਮਾਨ ਵੀ ਸੀ, ਹਿੰਦੂ ਵੀ ਸੀ, ਸਾਰਾ ਕੁਛ ਸੀ, ਪਰ ਉਹਦਾ ਬੇਸਿਕ ਕਰੈਕਟਰ ਉਹੀ ਰਿਹਾ ਜੋ ਮੁਗਲ ਹਕੂਮਤ ਦੀ ਰਾਜ ਵੇਲੇ ਰਿਹਾ, ਖਾਸ ਕਰਕੇ ਖੇਤੀ। ਪਰ ਕਰਮ ਸਿੰਘ ਜੀ, ਗੱਲ ਇਹ ਕਿ ਉਹ ਵੀ ਦੇ ਗਏ ਜ਼ਮੀਨਾਂ, ਅਲਾਟ ਵੀ ਕਰਦੇ, ਜ਼ਗੀਰਦਾਰੀ ਸਿਸਟਮ ਖਤਮ ਵੀ ਕੀਤਾ ਲੋਕਾਂ ਨੂੰ ਦਿੱਤੀਆਂ, ਪਰ ਅੱਜ ਉਹਨਾਂ ਗੱਲਾਂ ਨੂੰ ਵੀ 400-500 ਸਾਲ ਹੋ ਗਏ। ਜੇ ਆਪਾਂ ਦੇਖੀਏ ਤਾਂ ਗਿਰਾਵਟ ਆਉਂਦੀ ਹੁੰਦੀ ਆ, ਚੇਂਜਸ ਆਉਂਦੀਆਂ ਹੁੰਦੀਆਂ ਓਵਰ ਦ ਪੀਰੀਅਡ ਆਫ ਟਾਈਮ, ਬਟ ਹੁਣ ਆਪਾਂ ਇੱਕ ਆਧੁਨਿਕ ਜਿਹੜੀ ਦੁਨੀਆ ਦੇ ਵਿੱਚ ਜੀ ਰਹੇ ਹਾਂ, ਜਿੱਥੇ ਲੋਕ ਜਿਹੜੀ ਦੁਨੀਆ ਨੂੰ ਇੱਕ ਗਲੋਬਲ ਪਿੰਡ ਬਣਦੀ ਹੈ, ਲੋਕਾਂ ਦੇ ਸਾਹਮਣੇ ਸੱਚਾਈ ਆ ਜਾਂਦੀ ਕਿ ਹਰੇਕ ਬੰਦੇ ਕੋਲ ਫੋਨ ਹੈ, ਹਰ ਚੀਜ਼, ਹਰ ਬੰਦਾ ਇਸ ਟਾਈਮ ਪੱਤਰਕਾਰ ਆ, ਪਰ ਜੇ ਕਿਤੇ ਜ਼ੁਲਮ ਹੁੰਦਾ ਆ ਲੋਕ ਆਵਾਜ਼ ਵੀ ਚੱਕਦੇ ਆ, ਪਰ ਕਿਤੇ ਨਾ ਕਿਤੇ ਇਹਨਾਂ ਲੋਕਾਂ ਦੀ ਆਵਾਜ਼ ਵੀ ਚੱਕਣੀ ਚਾਹੀਦੀ, ਜਿੱਦਾਂ ਆਪਾਂ ਚੱਕ ਰਹੇ ਹਾਂ ਕਿ ਇਹਨਾਂ ਨੂੰ ਕੁਛ ਨਾ ਕੁਛ ਦਿੱਤਾ ਜਾਣਾ ਚਾਹੀਦਾ। ਤੁਸੀਂ ਦੇਖਿਆ ਹੋਣਾ ਮੁਕਤਸਰ ਸਾਹਿਬ ਕੋਲ ਅਤੇ ਜਾਂ ਹਰਿਆਣੇ 'ਚ ਇੱਕ ਪਿੰਡ 'ਚ ਕਿਸੇ ਜ਼ਿਮੀਂਦਾਰ ਨੇ ਵੀ 30-40 ਸਾਲ ਇਸ ਬੰਦੇ ਨੇ ਸਾਡੇ ਨਾਲ ਕੰਮ ਕੀਤਾ, ਹੁਣ ਮੈਂ ਇਹਨੂੰ ਜ਼ਮੀਨ ਨਹੀਂ ਦੇਣੀ, ਇਹਨੂੰ ਕੁਛ ਕਨਾਲਾਂ ਦੇ ਦੇਣੀਆਂ ਉਨੇ ਤੱਕ ਜਿੰਨੇ ਤੱਕ ਇਹਦੀ ਜ਼ਿੰਦਗੀ ਹੈ, ਇਹ ਉਹ 'ਚ ਸਬਜ਼ੀ ਬੀਜੇ, ਕੁਛ ਬੀਜੇ, ਉਹ ਬੀਜ ਕੇ ਮਾੜਾ ਮੋਟਾ ਆਪਦਾ ਗੁਜ਼ਾਰਾ ਪਾਣੀ ਕਰਦਾ ਰਹੇ। ਇਹ 1-2 ਕੇਸ ਹੈ, ਬਾਕੀ ਸਾਰੀ ਦੁਨੀਆ ਦੇ ਵਿੱਚ ਉਹ ਵਿਚਾਰੇ ਕੀ ਕਰਨਗੇ। ਇੱਕ ਤੁਸੀਂ ਗੱਲ ਕੀਤੀ ਸੀ ਕਿ ਆਮਦਨ ਵਾਂਗ ਖਪਤ ਦੀ ਵੰਡ ਵੀ ਪੇਂਡੂ ਮਜ਼ਦੂਰਾਂ ਨੂੰ ਨਾ ਬਰਾਬਰੀ ਦਾ ਸਾਹਮਣਾ ਕਰਨਾ ਪਿਆ, ਤੁਸੀਂ ਇਹ 'ਤੇ ਐਲੈਬਰੇਟ ਕਰੋ ਕਿ ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹ ਰਹੇ ਹੋ। ਤੇ ਭਾਈ ਤੁਸੀਂ ਇਹ ਉਦਾਹਰਨ ਦਿੱਤੀ ਹੈ ਨਾ ਕਿ ਉਹਨੇ ਮਤਲਬ ਕਿ ਜ਼ਮੀਨ ਦੇ ਦਿੱਤੀ ਆਪਣੇ ਕਿਸੇ ਦਲਿਤ ਮਜ਼ਦੂਰ ਨੂੰ, ਇਹ ਬਹੁਤ ਵਿਕੋ ਦਿੱਤੀਆਂ ਟੁੱਟਵੀਆਂ ਘਟਨਾਵਾਂ ਨੇ, ਇਹ ਤਾਂ 0.01% ਵੀ ਨਹੀਂ ਹੋਣਗੀਆਂ। ਹਾਂਜੀ ਹਾਂਜੀ, ਮੈਂ ਤਾਂ ਟੋਟਲੀ 1-2 ਕਿਹਾ ਆ, ਮੈਂ ਜ਼ਿਆਦਾ ਨਹੀਂ, ਟੋਟਲੀ 1 ਜਾਂ 2 ਜਾਂ ਵੱਧ ਵੱਧ 3 ਹੋਣਗੀਆਂ। ਸਾਈਕਾਲੋਜੀ ਜਿਹੜੀ ਕਿਸਾਨਾਂ ਦੀ ਪੁਰਾਣੇ ਸਮੇਂ 'ਚ ਦੇਖਿਆ ਤਾਂ ਹੁਣ ਵੀ ਆ, ਜਦੋਂ ਸੀਰੀ ਸਿਸਟਮ ਹੁੰਦਾ ਸੀ ਮਤਲਬ ਪੱਕੀ ਨੌਕਰੀ ਵਾਲਾ ਸਾਲ ਭਰ ਵਾਲਾ, ਤਾਂ ਉਦੋਂ ਮਤਲਬ ਕਿ ਜਿਹੜਾ ਵੀ ਸੀਰੀ ਹੁੰਦਾ ਸੀ ਉਹਨੂੰ ਮਤਲਬ ਕਿ ਕਿਸਾਨ ਪਰਿਵਾਰ ਵੱਲੋਂ ਮਤਲਬ ਇਹ ਕਿਹਾ ਜਾਂਦਾ ਕਿ ਤੂੰ ਤਾਂ ਸਾਡਾ ਲੰਬੜਦਾਰ ਆ, ਤੂੰ ਹੀ ਸਾਡਾ ਮਤਲਬ ਕਿ ਲਾਣੇਦਾਰ ਆ, ਜੋ ਤੂੰ ਹੀ ਕਰਨਾ, ਤੂੰ ਸਾਡੇ ਪਰਿਵਾਰ ਦਾ ਮੈਂਬਰ ਆ, ਮਤਲਬ ਇਹ ਗੱਲਾਂ ਸਿਰਫ ਕਹਿਣ ਲਈ ਹੁੰਦੀਆਂ ਸੀਗੀਆਂ, ਜਿਉਂ ਹੀ ਉਹ ਬੁੱਢਾ ਤਾਂ ਉਹਨੂੰ ਕੱਢ ਕੇ ਪਾਸੇ ਮਾਰ ਦਿੰਦੇ। ਕਦੇ ਮੜੀ ਦਾ ਦੀਵਾ ਪੜਿਆ ਹੋਵੇ ਗੁਰਦਿਆਲ ਸਿੰਘ ਜੀ ਦਾ, ਬੜਾ ਪੁਰਾਣਾ ਨਾਵਲ ਆ, ਤਾਂ ਉਹਦੇ ਵਿੱਚ ਵੀ ਇਹੀ ਹੈ ਵੀ ਉਹਦਾ ਜਿਹੜਾ ਪਾਤਰ ਹੈ ਜਗਸੀਰ ਅਤੇ ਉਹਦਾ ਪਿਓ ਧਰਮ ਸਿੰਘ ਜੱਟ ਦੇ ਨਾਲ ਖੇਤੀ ਕਰਦੇ ਆ, ਅਤੇ ਉਹ ਬਿਲਕੁਲ ਦੋਵੇਂ ਸਕੇ ਭਰਾਵਾਂ ਵਾਂਗ ਰਹਿੰਦੇ ਆ, ਪਰ ਜਿਉਂ ਹੀ ਧਰਮ ਸਿੰਘ ਦੀ ਮੌਤ ਹੁੰਦੀ ਆ ਤਾਂ ਉਹਦਾ ਮੁੰਡਾ ਅੱਗੇ ਪੰਤ ਆ, ਉਹ ਮਤਲਬ ਜਗਸੀਰ ਨੂੰ ਘਰੋਂ ਕੱਢ ਦਿੰਦਾ, ਮਤਲਬ
ਟਾਲੀ ਵੀ ਪੱਟ ਲੈਂਦੇ ਆ, ਕਦੀ ਮੜੀ ਵੀ ਢੱਕ ਲੈਂਦੇ ਆ, ਇਸ ਵਿਯੋਗ ਵਿੱਚ ਫਿਰ ਜਗਸੀਰ ਵੀ ਮਰ ਜਾਂਦਾ। ਮਤਲਬ ਕਿ ਇਹ ਆ ਵੀ ਖੇਤੀ ਵਿੱਚ ਪੂੰਜੀਵਾਦ ਦੇ ਨਾਲ ਜਿਹੜੇ ਪੁਰਾਣੇ ਜਾਗੀਰਦਾਰੀ ਰਿਸ਼ਤੇ ਸੀ ਨਾ, ਜਿਹਨਾਂ ਨੂੰ ਆਪਾਂ ਕਹਿੰਦੇ ਵੀ ਭਾਈਚਾਰਕ ਰਿਸ਼ਤੇ ਸੀ, ਹਾਲਾਂਕਿ ਉਹ ਭਾਈਚਾਰਕ ਸੀਗੇ, ਪਰ ਉਹਦੇ ਪਿੱਛੇ ਜਿਹੜੀ ਨੀਤ ਸੀ ਉਹ ਇਹ ਸੀ ਵੀ ਵੱਧ ਤੋਂ ਵੱਧ ਸੀਰੀ ਦੀ ਐਕਸਪਲਾਈਟੇਸ਼ਨ ਜਾਂ ਲੁੱਟ ਕਿੱਦਾਂ ਕਰਨੀ। ਜੀ ਕਰਮ ਸਿੰਘ ਜੀ ਇੱਥੇ ਜੀ ਗੋ ਅਹੈਡ। ਪਰ ਇਹੀ ਪੈਟਰਨ ਜਿਹੜਾ ਹੈ ਨਾ ਉਹ ਪੂੰਜੀਵਾਦ ਦੇ ਵਿਕਾਸ ਤੋਂ ਬਾਅਦ ਉਹ ਦੂਸਰੇ ਪੈਸੇ ਦੇ ਰੂਪ ਵਿੱਚ ਚੱਲਿਆ ਕਿ ਹੁਣ ਜੇ ਕੰਮ ਕਰਨ ਜੋਗਾ ਹੈਗਾ, ਤਾਕਤਵਰ ਆ, ਸਰੀਰਕ ਤਾਕਤ ਹੈਗੀ ਆ, ਕਿ ਉਹਨੂੰ ਦਿਹਾੜੀ 'ਤੇ ਲਾਉਣਾ, ਅਦਰਵਾਈਜ਼ ਨਹੀਂ ਲਾਉਣਾ। ਜੇ ਉਹ ਨਹੀਂ ਲਾਇਕ, ਭਾਵੇਂ ਉਹਦੇ ਰਿਲੇਸ਼ਨ ਕਿੰਨੇ ਹੀ ਵਧੀਆ ਰਹੇ ਹੋਣ ਪੁਰਾਣੇ ਸਮੇਂ ਵਿੱਚ ਉਸ ਖਾਸ ਜ਼ਿਮੀਂਦਾਰ ਨਾਲ, ਪਰ ਉਸ ਨੂੰ ਫਿਰ ਲਗਾਇਆ ਨਹੀਂ ਜਾਂਦਾ, ਕੱਢ ਕੇ ਪਾਸੇ ਮਾਰ ਦਿੱਤਾ। ਜਿਵੇਂ ਤੁਸੀਂ ਇੱਕ ਮੈਂ ਤੁਹਾਨੂੰ ਉਦਾਹਰਨ ਦਿੰਦਾ ਵੀ ਜਿਵੇਂ ਪੁਰਾਣੇ ਸਮੇਂ ਵਿੱਚ ਕਹਿੰਦੇ ਸੀ ਵੀ ਜੇ ਬਲਦ ਬੁੱਢਾ ਹੋ ਜਾਏ ਤਾਂ ਉਹਨੂੰ ਘਰੋਂ ਨਹੀਂ ਸੀ ਕੱਢਦੇ ਹੁੰਦੇ, ਤੇ ਇਹੀ ਚੀਜ਼ ਇਹ ਪੁਰਾਣੇ ਬਜ਼ੁਰਗਾਂ ਵੱਲ ਜਾਈਏ ਤਾਂ ਉਦੋਂ ਸ਼ਾਇਦ ਪਿਆਰ ਵੀ ਜ਼ਿਆਦਾ ਸੀਗਾ, ਚਾਹੇ ਕੰਮ ਕਰਨ ਵਾਲਿਆਂ 'ਚ ਕਿਤੇ ਨਾ ਕਿਤੇ ਫਿਰ ਹਮਦਰਦੀ ਸੀ, ਸਹਾਨੁਭੂਤੀ ਸੀ ਉਹਨਾਂ ਦੇ ਪ੍ਰਤੀ। ਪਰ ਅੱਜ ਦੇ ਹਾਲਾਤ ਦੇ ਵਿੱਚ ਤਾਂ ਤੁਸੀਂ ਦੇਖਿਆ ਹੋਣਾ ਆ ਕਿ ਇੰਨੇ ਬਦਤਰ ਹਾਲਾਤ ਹੋ ਗਏ ਕਿ ਅਸੀਂ ਪੰਜਵੇਂ ਅਤੇ ਫਲਾਨੇ ਨੂੰ ਜ਼ਮੀਨ ਦੇ ਦਿੱਤੀ, ਰੋਟੀ ਵੀ ਅਗਲਾ ਆਪਦੇ ਘਰੋਂ ਖਾਵੇ, ਜਾਂ ਹਰ ਚੀਜ਼ ਟਰਾਂਸਪੋਰਟੇਸ਼ਨ, ਟਰੈਕਟਰ, ਮਸ਼ੀਨਰੀ ਸਭ ਉਹਦਾ ਇੰਤਜ਼ਾਮ ਹੈ, ਸਾਨੂੰ ਇੰਨਾ ਇੰਨਵਾਂ ਹਿੱਸਾ ਚਾਹੀਦਾ, ਨਹੀਂ ਤਾਂ ਤੇਰੇ ਵਰਗੇ ਹੋਰ ਖੜੇ ਹੈ। ਆਪਾਂ ਉਹ ਨਹੀਂ ਦੇਖਦੇ ਕਿ ਵਿਚਾਰੇ ਦੀ ਮਿਹਨਤ ਆ, ਕੁਦਰਤੀ ਆਫਤਾਵਾਂ ਵੀ ਆਉਂਦੀਆਂ, ਜਿੱਦਾਂ ਅੱਜ ਕੱਲ੍ਹ ਤੁਸੀਂ ਪੰਜਾਬ 'ਚ ਬੈਠੇ ਹੋ ਤੁਹਾਨੂੰ ਪਤਾ ਕਿ ਫਸਲ ਪੱਕੀ ਹੋਈ ਤਾਂ ਉੱਪਰੋਂ ਛਿਟਪੁਟ ਬਾਰਿਸ਼ਾਂ ਹੋ ਰਹੀਆਂ, ਨੁਕਸਾਨ ਤਾਂ ਹੋ ਰਿਹਾ ਨਾ, ਉਹ ਨੁਕਸਾਨ ਜ਼ਿਮੀਂਦਾਰ ਸਹੂਗਾ ਕਿਤੇ ਨਾ ਕਿਤੇ। ਪਰ 2 ਮਣ ਦਾਣੇ ਜਾਂ 2-4 ਮਣ, 2-4 ਜੋੜੀ ਕੱਪੜੇ ਸਾਲ ਦੇ ਕਿਸੇ ਪੁਰਾਣੇ ਬੰਦੇ ਨੂੰ ਨਾਲ ਲੈ ਕੇ ਉਹਨੂੰ ਗਲ ਨਾਲ ਲਾ ਕੇ ਰੱਖਣਾ, ਉਹ ਕਿੱਥੇ ਗਿਆ? ਉਹ ਬੜੇ ਅਫਸੋਸ ਅਤੇ ਬੜੀ ਦਇਆ ਆਉਂਦੀ ਉਹਨਾਂ ਲੋਕਾਂ ਦੇ ਉੱਤੇ, ਅਤੇ ਉਹ ਸੋਚਣੀ 'ਤੇ ਵੀ ਬੜਾ ਮਜਬੂਰ ਕਰ ਦਿੰਦੀਆਂ ਉਹ ਚੀਜ਼ਾਂ। ਕਰਮ ਸਿੰਘ ਜੀ, ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਵਕਤ ਲੱਗੂਗਾ, ਮੈਨੂੰ ਲੱਗਦਾ ਉਹ ਜਿਹੜੀ ਕਲਾਸ ਹੈ ਜਿੰਨੇ ਚਿਰ ਉਹ ਨਾ ਲਾਮਬੰਦ ਨਹੀਂ ਹੁੰਦੀ, ਜਿੱਦਣ ਉਹ ਲਾਮਬੰਦ ਹੋ ਗਈ ਠੀਕ ਹੈ ਜੀ, ਅਸੀਂ ਵੀ ਸਾਡੀ ਯੂਨੀਅਨਾਂ ਬਣ ਗਈਆਂ, ਅਸੀਂ ਵੀ ਫਲਾਣੇ ਕੰਮ 'ਤੇ ਜਾਵਾਂਗੇ, ਫਲਾਣੇ ਨਹੀਂ ਜਾਵਾਂਗੇ। ਆਪਾਂ ਕਿਸੇ ਨੂੰ ਉਕਸਾਹਟ ਨਹੀਂ ਦੇ ਰਹੇ, ਆਪਾਂ ਗੱਲ ਕਰ ਰਹੇ ਕਿ ਦਬੇ ਕੁਚਲੇ ਲੋਕਾਂ ਦੀ ਆਵਾਜ਼ ਆਪਾਂ ਕਿੱਦਾਂ ਚੱਕ ਸਕੀਏ ਕਿਸੇ ਮੰਚ ਤੋਂ। ਤੁਸੀਂ ਆਪਾਂ ਪਾਰਟੀਬਾਜ਼ੀ 'ਤੇ ਬਾਅਦ 'ਚ ਆਉਂਦੇ ਹਾਂ, ਕਰਮ ਸਿੰਘ ਜੀ ਪਹਿਲਾਂ ਦੱਸੋ ਵੀ ਸਰਕਾਰਾਂ ਵੀ ਭਿੰਨ ਭਿੰਨ ਤਰ੍ਹਾਂ ਦੀਆਂ ਆਉਂਦੀਆਂ ਰਹੀਆਂ, ਔਰ ਹਰ ਸਰਕਾਰ ਦਾਅਵਾ ਕਰਦੀ ਰਹੀ ਹੈ ਕਿ ਅਸੀਂ ਇਸ ਸਮਾਜ ਦੀ ਬਾਂਹ ਫੜਾਂਗੇ, ਅਸੀਂ ਇਸ ਸਮਾਜ ਦੀ ਬਾਂਹ ਫੜਾਂਗੇ। ਆਪਾਂ ਗੱਲ ਔਰਤਾਂ 'ਤੇ ਬਾਅਦ 'ਚ ਆਉਂਦੇ ਹਾਂ, ਉਹ ਬਾਅਦ ਦੀਆਂ ਗੱਲਾਂ ਨੇ, ਪਰ ਜਿਹੜਾ ਦਬਿਆ ਕੁਚਲਿਆ ਸਮਾਜ ਹੈ, ਖਾਸ ਕਰਕੇ ਖੇਤ ਮਜ਼ਦੂਰ, ਅਸੀਂ ਇਹਨਾਂ ਦੀ ਬਾਂਹ ਫੜਾਂਗੇ। ਐਂਡ ਆਫ ਦਾ ਡੇ ਹੁੰਦਾ ਕੁਛ ਨਹੀਂ, ਕਿਤੇ ਨਾ ਕਿਤੇ ਉੱਥੇ ਵੀ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਜ਼ਿਮੀਂਦਾਰਪੁਣਾ ਜਾਂ ਪੂੰਜੀਵਾਦ ਉਹ ਲਾਬੀ ਭਾਰੀ ਹੋ ਜਾਂਦੀ ਸਰਕਾਰ 'ਤੇ, ਤਾਂ ਉਸ ਤੋਂ ਬਾਅਦ ਜਿਹੜੇ ਪ੍ਰਾਮਿਸ, ਜਿਹੜੇ ਵਾਅਦੇ ਕੀਤੇ ਹੁੰਦੇ ਆ, ਉਹਨਾਂ ਦੇ ਉੱਤੇ ਧਿਆਨ ਨਹੀਂ ਦਿੱਤਾ ਜਾਂਦਾ? ਬਿਲਕੁਲ ਸਹੀ ਗੱਲ ਹੈ ਭਾਅ ਜੀ। ਮਤਲਬ ਦੇਖਿਆ ਜਾਵੇ ਤਾਂ ਪੰਜਾਬ ਦੇ ਪੋਲੀਟੀਸ਼ੀਅਨ ਵੀ, ਪੰਜਾਬ ਦੀ ਬੁਰਜੋ ਮਤਲਬ ਕਿ ਬਿਊਰੋਕ੍ਰੇਸੀ ਵੀ, ਨੌਕਰਸ਼ਾਹੀ ਵੀ, ਜ਼ਿਆਦਾ ਕਰਕੇ ਅਪਰ ਕਾਸਟਾਂ 'ਚੋਂ ਆਉਂਦੀ ਆ, ਜੱਟਾਂ 'ਚੋਂ, ਬ੍ਰਾਹਮਣ 'ਚੋਂ, ਜਾਂ ਹੋਰ ਜਿਹੜੇ ਦੂਜੇ ਦੂਜੇ ਹੈਗੇ ਆ, ਅਤੇ ਦਲਿਤ ਵਰਗ 'ਚੋਂ ਵੀ ਜਿਹੜੀ ਨੌਕਰਸ਼ਾਹੀ ਆਉਂਦੀ ਆ, ਅਤੇ ਉਹਨਾਂ ਦੀ ਤਾਂ ਗਿਣਤੀ ਤਾਂ ਆਪਾਂ ਕਹਿੰਦੇ 25% ਹੈਗੀ ਆ ਨੇੜੇ ਤੇੜੇ, ਪਰ ਉਹਨਾਂ ਦੀ ਜਿਹੜੀ ਸੋਚ ਆ ਇੱਕ ਸਟੇਜ ਤੋਂ ਬਾਅਦ ਉਹ ਆਪਣੀ ਸਮਾਜਿਕ ਹੈਰਾਰਕੀ 'ਚ ਉੱਪਰ ਜਾਣ ਤੋਂ ਬਾਅਦ ਉਹ ਖੁਦ ਆਪਣੇ ਭੁੱਲ ਜਾਂਦੇ ਆ, ਆਪਣੇ ਭੁੱਲ ਜਾਂਦੇ ਆ, ਅਤੇ ਇਸ ਕਰਕੇ ਉਹ ਵੀ ਕੋਈ ਇੰਟਰਫੀਅਰ ਨਹੀਂ ਕਰ ਪਾਉਂਦੇ ਕਿ ਪੋਲਿਸੀਆਂ ਦਲਿਤਾਂ ਪੱਖੀ ਬਣਨ, ਮਜ਼ਦੂਰਾਂ ਪੱਖੀ ਬਣਨ। ਉਦਾਹਰਨ ਵਜੋਂ ਮੈਂ ਤੁਹਾਨੂੰ ਦੱਸਦਾ ਕਿ ਪੰਜਾਬ ਵਿੱਚ ਪਿਛਲੇ ਸਮੇਂ 'ਚ ਅਜੇ ਹੁਣੀ ਮਾਲਵੇ ਖੇਤਰ ਵਿੱਚ ਨਰਮੇ ਨੂੰ ਸੁੰਡੀ ਪੈ ਗਈ ਅਤੇ ਨਰਮੇ ਦਾ ਬਹੁਤ ਨੁਕਸਾਨ ਹੋਇਆ, ਗਰਦਾਵਰੀ ਨੇ, ਹੁਣ ਮੀਂਹ ਬਹੁਤ ਜ਼ਿਆਦਾ ਪਏ ਨੇ ਬਹੁਤ ਜਗ੍ਹਾ 'ਤੇ, ਝੋਨੇ ਦੀ ਫਸਲ ਤਬਾਹ ਹੋਈ ਆ, ਅਤੇ ਇਹਦੇ ਲਈ ਗਿਰਦਾਵਰੀਆਂ ਆਉਣਗੀਆਂ। ਪਰ ਇਹਦੇ 'ਚ ਕਿਸਾਨਾਂ ਨੂੰ ਤਾਂ ਕੁਝ ਨਾ ਕੁਝ ਮਿਲ ਜਾਏਗਾ ਪ੍ਰਤੀ ਏਕੜ, ਪਰ ਜਿਨ੍ਹਾਂ ਮਜ਼ਦੂਰਾਂ ਦੀ ਰੋਜ਼ੀ ਰੋਟੀ ਇਸ ਕਪਾਹ 'ਤੇ ਟਿਕੀ ਹੋਈ ਸੀ, ਇਸ ਝੋਨੇ 'ਤੇ ਟਿਕੀ ਹੋਈ ਸੀ, ਪਰ ਉਹਨਾਂ ਨੂੰ ਕੁਛ ਨਹੀਂ ਮਿਲੇਗਾ। ਜਿਹੜੇ ਲੋਕ ਠੇਕੇ 'ਤੇ ਲੈ ਕੇ ਵੀ ਖੇਤੀ ਕਰਦੇ ਆ, ਉਹਨਾਂ ਨੂੰ ਵੀ ਕੁਛ ਨਹੀਂ ਮਿਲਦਾ, ਕਿਉਂਕਿ ਜਦੋਂ ਵੀ ਮੁਆਵਜ਼ਾ ਮਿਲਦਾ ਤਾਂ ਸਿਰਫ ਉਹ ਲੈਂਡ ਓਨਰ ਨੂੰ ਮਿਲਦਾ, ਜ਼ਮੀਨ ਮਾਲਕ ਨੂੰ ਮਿਲਦਾ। ਉੱਥੇ ਕੋਈ ਨਾ ਕੋਈ ਪੋਲਿਸੀਆਂ ਪਿੱਚ ਇਨ ਕਰਨੀਆਂ ਚਾਹੀਦੀਆਂ, ਕਿਉਂਕਿ ਮੈਂ ਤੁਹਾਡੀ ਗੱਲ ਸਮਝ ਗਿਆ, ਮੈਂ ਵੀ ਉਸੇ ਕਿੱਤੇ 'ਚ ਹੀ ਹੁੰਦਾ। ਨਰਮੇ ਦੀ ਚੁਗਾਈ ਕਰਕੇ ਲੋਕ ਬਹੁਤ ਕਾਫੀ ਜਿੱਦਾਂ ਕਮਾਈ ਕਰ ਲੈਂਦੇ ਆ, ਅਤੇ ਉਹਦੇ ਨਾਲ ਕਾਫੀ ਗੁਜ਼ਾਰਾ ਤੁਰ ਪੈਂਦਾ। ਜੇ ਨਰਮਾ ਮਾਰੀ ਗਿਆ, ਜਿਹੜਾ ਮੁਆਵਜ਼ਾ ਆਉਣਾ ਉਹ ਜ਼ਿਮੀਂਦਾਰ ਨੂੰ ਆਉਣਾ, ਉਸ ਜਿਹੜਾ
ਚੁਗਾਰੇ ਨੂੰ ਜਿਹੜੇ ਕੰਮ ਹੈ ਮਜ਼ਦੂਰ ਨੂੰ ਕੁਛ ਨਹੀਂ ਮਿਲਣਾ, ਉਹਦੀ ਜਿਹੜੀ ਸਰੋਤ ਆਫ ਆਮਦਨ ਹੈ ਉਹ ਖਤਮ ਹੋਊਗੀ, ਉਹਦੀ ਕੋਈ ਬਾਤ ਨਹੀਂ ਪੁੱਛਦਾ। ਕਰਮ ਸਿੰਘ ਜੀ ਬਹੁਤ ਸੋਹਣਾ ਐਲੈਬਰੇਸ਼ਨ ਦਿੱਤਾ, ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਦਰਸ਼ਕੋ ਇਹਦੇ ਬਣੇ ਰਹੋ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫਿਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਆਪਣੇ ਨਾਲ ਜੁੜੇ ਹੋਏ ਨੇ ਕਰਮ ਸਿੰਘ ਬਰਸਟ। ਬਰਸਟ ਸਾਹਿਬ ਸਵਾਗਤ ਤੁਹਾਡਾ ਆਫਟਰ ਬ੍ਰੇਕ। ਆਪਾਂ ਗੱਲ ਕਰ ਰਹੇ ਸੀ ਸਰਕਾਰਾਂ ਦੀ, ਹੁਣ ਆਪਾਂ ਗੱਲ ਕਰੀਏ ਕਿ ਜਾਗਰੂਕਤਾ ਜਾਗਰੂਕਤਾ ਅਤੇ ਬਾਅਦ 'ਚ ਉਹਨੇ ਪਹਿਲਾਂ ਇੱਕ ਜਮਾਤ ਦੀ ਗੱਲ ਕਰੀ, ਕਿਸੇ ਪਾਰਟੀ ਦਾ ਆਪਾਂ ਨਾਂ ਨਹੀਂ ਲੈਣਾ ਕਿਉਂਕਿ ਸਾਰੇ ਸਤਿਕਾਰਯੋਗ ਨੇ ਆਪਣੇ ਲਈ, ਪਰ ਬਹੁਤ ਰਾਜਨੀਤਿਕ ਪਾਰਟੀਆਂ ਬਣੀਆਂ ਇਸੇ ਨਾਮ ਤੋਂ ਹੈ ਕਿ ਅਸੀਂ ਫਲਾਣੇ ਸਮਾਜ 'ਚੋਂ ਆਉਂਦੇ ਹਾਂ ਔਰ ਆਹ ਸਾਡੀ ਪਾਰਟੀ, ਅਸੀਂ ਨੈਸ਼ਨਲ ਲੈਵਲ 'ਤੇ ਵੀ ਕਾਮਯਾਬ ਹੋਵਾਂਗੇ। ਹੋ ਸਕਦਾ ਕਈ ਇੱਦਾਂ ਦੀਆਂ ਪਾਰਟੀਆਂ ਨੇ ਕਿਸੇ ਰਾਜ ਦੇ ਵਿੱਚ ਰਾਜ ਵੀ ਚਲਾਇਆ ਹੋਵੇ, ਉਹ ਰਾਜ ਚਲਾ ਕੇ ਜੇ ਉਸ ਰਾਜ ਦੇ ਖੇਤੀ ਮਜ਼ਦੂਰਾਂ ਦਾ ਹਾਲ ਦੇਖੀਏ ਤਾਂ ਉਹ ਪੰਜਾਬ ਨਾਲੋਂ ਵੀ ਜਿਹੜਾ ਹੈ ਥੋੜ੍ਹਾ ਜਿਹਾ ਡਾਊਨਗ੍ਰੇਡ, ਥੋੜ੍ਹਾ ਥੱਲੇ ਹੈ। ਉਹੀ ਆਪਾਂ ਲੈ ਕੇ ਜੇ ਆਪਾਂ ਪੰਜਾਬ ਆਈਏ ਤਾਂ ਬਹੁਤ ਪਾਰਟੀਆਂ ਆਈਆਂ, ਬਹੁਤ ਲੋਕ ਆਏ, ਬੜੇ ਨੇਤਾ ਵੀ ਆਏ ਕਿ ਅਸੀਂ ਇਹਨਾਂ ਦੀ ਆਵਾਜ਼ ਚੱਕਾਂਗੇ, ਪਰ ਹਾਲੇ ਤੱਕ 0.01% ਵੀ ਗੱਲ ਜਿਹੜੀ ਚੱਕੀ ਨਹੀਂ ਗਈ। ਹਾਲਾਤ ਉਹਨਾਂ ਦੇ ਬਦਤਰ, ਜੇ ਤੁਸੀਂ ਦੇਖੋ ਤਾਂ ਉਹ ਖੇਤ ਮਜ਼ਦੂਰ, ਜਿੱਦਾਂ ਤੁਸੀਂ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਕਿ ਨਰਮੇ ਦੀ ਫਸਲ ਮਰ ਗਈ ਅਤੇ ਉਹਨਾਂ ਨੂੰ ਮੁਆਵਜ਼ਾ ਤਾਂ ਮਿਲ ਜੂਗਾ ਜਿਨ੍ਹਾਂ ਦੀ ਜ਼ਮੀਨ ਹੈ, ਪਰ ਜਿਹੜੇ ਚੁਗਾਰੇ ਆ, ਜਿਹੜੇ ਖੇਤ ਮਜ਼ਦੂਰ ਆ, ਉਹਨਾਂ ਨੂੰ ਕੁਛ ਨਹੀਂ ਮਿਲੂਗਾ। ਫਿਰ ਉਹ ਐਂਡ ਆਫ ਦਾ ਡੇ ਢਿੱਡ ਨੇ ਤਾਂ ਰੋਟੀ ਮੰਗਣੀ ਹੈ, ਢਿੱਡ ਨੂੰ ਤਾਂ ਭੁੱਖ ਲੱਗਦੀ ਹੈ ਨਾ। ਐਂਡ ਆਫ ਦਾ ਡੇ ਬੱਚੇ ਜਿਹੜੇ ਆ ਪੁੱਠੇ ਰਾਹਾਂ 'ਤੇ ਪੈਣਗੇ, ਲੇਡੀਜ਼ ਜਿਹੜੀਆਂ ਹੈਗੀਆਂ ਕੋਈ ਨਾ ਕੋਈ ਹੋਰ ਆਪਣਾ ਐਗਰੀਮੈਂਟਲ ਚੱਲਣਗੀਆਂ, ਹੋਰ ਰਾਹਾਂ 'ਤੇ ਚੱਲਣਗੀਆਂ, ਬੰਦੇ ਜਿਹੜੇ ਆ ਉਹ ਕਿਤੇ ਨਾ ਕਿਤੇ ਕੋਈ ਦੋ ਨੰਬਰ ਦਾ ਧੰਦਾ ਇਹ ਵੋ। ਇੱਥੋਂ ਮੈਨੂੰ ਆਪਣੀ ਸਰਕਾਰਾਂ 'ਤੇ ਆਉਂਦਾ ਕਿ 75 ਸਾਲ ਹੋ ਗਏ ਹੈ ਇੱਥੇ ਨਾ ਇਸ ਪੁਆਇੰਟ 'ਤੇ, ਜਿਹੜਾ ਕਿ ਹਰ ਕੰਟਰੀ ਦਾ ਪਹਿਲਾ ਸਟੈਪ ਹੁੰਦਾ ਕਿ ਅਸੀਂ ਗਰੀਬੀ ਅਤੇ ਗਰੀਬ ਲੋਕਾਂ ਦੀ ਹੈਲਪ ਕਿੱਦਾਂ ਕਰਨੀ, ਉਹਦੇ ਵੱਲ ਨੂੰ ਹਾਲੇ ਤਾਈਂ ਸਟੈਪ ਕਿਉਂ ਨਹੀਂ ਪੁੱਟਿਆ ਗਿਆ, ਜਿੱਥੇ ਕਿ ਗ੍ਰੀਨ ਰੈਵੋਲਿਊਸ਼ਨ ਲਿਆ ਕੇ ਆਪਾਂ ਸਾਰੇ ਜਿਹੜਾ ਭਾਰਤ ਵਰਸ਼ ਦਾ ਢਿੱਡ ਤਾਂ ਭਰ ਲਿਆ, ਪਰ ਜਿਹੜੇ ਆਪਣੇ ਕੰਮ ਸੀ ਉਹ ਵਿਚਾਰੇ ਉੱਥੇ ਦੇ ਉੱਤੇ ਖੜੇ। ਭਾਅ ਜੀ ਪੰਜਾਬ ਦੀ ਪੰਜਾਬ ਦੀ ਵੀ ਅਤੇ ਹਿੰਦੁਸਤਾਨ ਦੀ ਰਾਜਨੀਤੀ ਦਾ ਦੁਖਾਂਤ ਇਹ ਆ ਕਿ ਇਹ ਪਰਿਵਾਰਕ ਹੋ ਗਈ ਆ। ਪਰਿਵਾਰਕ ਹੋਣ ਦੇ ਨਾਲ ਇੱਕ ਪ੍ਰੋਫੈਸ਼ਨ ਵੀ ਬਣ ਗਿਆ, ਧੰਦਾ ਬਣ ਗਿਆ, ਬਹੁਤ ਵਧੀਆ ਧੰਦਾ ਬਣ ਗਿਆ ਕਿ ਜੇ ਪਿਓ ਪੋਲੀਟਿਕਸ 'ਚ ਆ ਤਾਂ ਉਹਦਾ ਮੁੰਡਾ ਪੋਲੀਟਿਕਸ 'ਚ ਆ ਗਿਆ, ਅੱਗੋਂ ਉਹਦਾ ਪੋਤਾ ਪੋਲੀਟਿਕਸ 'ਚ ਆ ਗਿਆ, ਉਹ ਨਹੀਂ ਆਇਆ ਤਾਂ ਉਹਦੀ ਘਰ ਵਾਲੀ ਆ ਗਈ, ਉਹਦੀ ਨੂੰਹ ਆ ਗਈ। ਮਤਲਬ ਆਪਾਂ ਸਾਰੀਆਂ ਪਾਰਟੀਆਂ ਦੇਖਦੇ, ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਹੈਗੀ ਇਹ। ਅਤੇ ਇਵੇਂ ਹੀ ਦਲਿਤਾਂ ਵਿੱਚ ਵੀ, ਦਲਿਤਾਂ ਵਿੱਚ ਵੀ ਜਿਹੜੇ MLA ਵਜ਼ੀਰ ਬਣਦੇ ਆ ਤਾਂ ਅੱਗੋਂ ਅਸੀਂ ਦੇਖਦੇ ਹਾਂ ਕਿ ਜਦੋਂ ਉਹ ਥੋੜ੍ਹੇ ਬੁੱਢੇ ਹੋ ਜਾਂਦੇ ਆ ਤਾਂ ਅੱਗੋਂ ਉਹਨਾਂ ਦਾ ਮੁੰਡਾ, ਅੱਗੋਂ ਉਹਨਾਂ ਦਾ ਪੋਤਾ ਉਸ ਪੋਲੀਟਿਕਸ 'ਚ ਆ ਜਾਂਦਾ। ਮਤਲਬ ਕਿ ਜਿਹੜਾ ਆਮ ਸਧਾਰਨ ਮਜ਼ਦੂਰ ਆ ਜਾਂ ਆਮ ਸਧਾਰਨ ਕਿਸਾਨ ਆ, ਉਹਨੂੰ ਤਾਂ ਪੋਲੀਟਿਕਸ ਆਉਣ ਦਾ ਮੌਕਾ ਹੀ ਨਹੀਂ ਮਿਲਦਾ, ਨਾ ਉਹ ਅਫੋਰਡ ਕਰ ਸਕਦਾ, ਨਾ ਉਹਦੇ ਕੋਲ ਇੰਨੇ ਪੈਸੇ ਆ। ਇਸ ਕਰਕੇ ਮਜ਼ਦੂਰਾਂ ਦੀ ਗੱਲ ਇਸ ਕਰਕੇ ਵੀ ਨਹੀਂ ਹੋ ਰਹੀ ਕਿ ਉਹਨਾਂ ਦੀ ਆਵਾਜ਼ ਉਠਾਉਣ ਵਾਲੀ ਕੋਈ ਐਜੂਕੇਟਡ ਜਮਾਤ ਨਹੀਂ ਹੈਗੀ ਉਹਨਾਂ ਕੋਲ, ਕਿਉਂਕਿ ਇੱਕ ਤਾਂ ਖੁਦ ਅਨਪੜ੍ਹ ਨੇ, ਦੂਜਾ ਉਹ ਰੋਟੀ ਰੋਜੀ ਤੋਂ ਇੰਨੇ ਆਕਰ ਨੇ ਕਿ ਉਹ ਪੋਲੀਟਿਕਸ ਵੱਲ ਜਾਣ ਬਾਰੇ ਸੋਚ ਵੀ ਨਹੀਂ ਸਕਦੇ, ਆਰਗੇਨਾਈਜੇਸ਼ਨ ਬਾਰੇ ਸੋਚ ਵੀ ਨਹੀਂ ਸਕਦੇ। ਇਸੇ ਕਰਕੇ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੀ ਬਣੀਆਂ ਨੇ, ਭਾਵੇਂ ਕਿਸੇ ਵੀ ਪਾਰਟੀ ਬਣਾਈਆਂ ਹੋਣ, ਉਹ ਸਿਰਫ ਨਾਮ ਦੀਆਂ ਜਥੇਬੰਦੀਆਂ ਨੇ ਵੋਟ ਬੈਂਕ ਵਾਸਤੇ, ਜਾਂ ਸਿਰਫ ਆਪਾਂ ਕਹਿ ਲਈਏ ਕਮਿਊਨਿਸਟਾਂ ਨੇ ਕੋਈ ਜਥੇਬੰਦੀਆਂ ਬਣਾਈਆਂ ਨੇ, ਪਰ ਅੱਜ ਦੀ ਹਾਲਤ ਵਿੱਚ ਦੇਖਿਆ ਜਾਵੇ ਤਾਂ ਕਮਿਊਨਿਸਟਾਂ ਦਾ ਹਾਲ ਵੀ ਬਹੁਤਾ ਚੰਗਾ ਨਹੀਂ ਹੈ ਪੰਜਾਬ ਵਿੱਚ, ਅਤੇ ਇਸ ਕਰਕੇ ਮਜ਼ਦੂਰ ਜਥੇਬੰਦੀਆਂ ਦਾ ਹਾਲ ਵੀ ਬਹੁਤਾ ਚੰਗਾ ਨਹੀਂ ਹੈ। ਹੁਣ ਆਪਾਂ ਚੇਂਜ ਜੀ ਥੋੜ੍ਹੀ ਚੇਂਜ ਜ਼ਰੂਰ ਆ ਰਹੀ ਆ, ਮਤਲਬ ਹੁਣ ਇਕੱਲੀਆਂ ਇਕੱਲੀਆਂ ਜਥੇਬੰਦੀਆਂ ਲੜਨ ਦੀ ਬਜਾਏ ਹੁਣ ਪਿੱਛੇ 7 ਜਥੇਬੰਦੀਆਂ ਦਾ ਸਾਂਝਾ ਮੋਰਚਾ ਬਣਿਆ, ਅਤੇ ਉਹਨਾਂ ਨੇ 12, 13, 14 ਸਤੰਬਰ ਨੂੰ ਸੰਗਰੂਰ ਵਿੱਚ 3 ਦਿਨਾਂ ਦਾ ਵੱਡਾ ਧਰਨਾ ਲਾਇਆ। ਭਗਵੰਤ ਮਾਨ ਜੀ ਜਿਹੜੇ ਕਹਿੰਦੇ ਸੀ ਕਿ ਮੈਂ ਮਜ਼ਦੂਰਾਂ ਲਈ ਕਿਸਾਨਾਂ ਲਈ ਕੰਮ ਕਰੂੰਗਾ, ਉਹਨਾਂ ਨੇ ਆਪਣੀ ਕੋਠੀ ਦੇ ਆਲੇ ਦੁਆਲੇ ਦਫਾ 144 ਲਾ ਕੇ ਪੂਰਨ ਵਿਰੋਧ ਕਰਤਾ, ਪੁਲਿਸ ਲਾ ਦੀ ਕਿ ਮੈਂ ਇੱਥੇ ਕੋਈ ਧਰਨਾ ਨਹੀਂ ਲੱਗਣ ਦਊਂਗਾ, ਅਤੇ ਫਿਰ ਵੀ ਭਾਵੇਂ ਮਜ਼ਦੂਰਾਂ ਦੀ ਤਾਕਤ ਬਣੀ ਅਤੇ ਉਹਦੇ ਪਿੱਛੇ ਸੂਝਵਾਨ ਲੋਕ ਸਾਹਮਣੇ ਆਏ। ਸੂਝਵਾਨ ਲੋਕਾਂ ਤੋਂ ਮੇਰਾ ਮਤਲਬ ਇਹ ਆ ਕਿ ਉਹ ਭਾਵੇਂ ਕਿਸੇ ਵੀ ਕਾਸਟ ਦੇ ਹੋਣ, ਪਰ ਜਿਨ੍ਹਾਂ ਨੇ ਥੋੜ੍ਹਾ ਬਹੁਤ ਵਿਦਿਆਰਥੀ ਮੂਵਮੈਂਟ 'ਚ ਕੰਮ ਕੀਤਾ ਜਾਂ ਨੌਜਵਾਨ ਸੁਭਾਵਾਂ 'ਚ ਕੰਮ ਕੀਤਾ, ਅਤੇ ਜਿਹੜੇ ਮਜ਼ਦੂਰਾਂ ਦਾ ਦਰਦ ਸਮਝਦੇ ਆ,
ਮਤਲਬ ਉਹਨਾਂ ਨੇ ਮਜ਼ਦੂਰਾਂ ਨੂੰ ਆਰਗੇਨਾਈਜ਼ ਕਰਨਾ ਸ਼ੁਰੂ ਕਰਕੇ ਕਿ ਉਹ ਮੂਹਰੇ ਲੱਗ ਕੇ ਤੇ ਉੱਥੇ ਧਰਨੇ ਨੂੰ ਮਜ਼ਬੂਤ ਵੀ ਕੀਤਾ ਅਤੇ ਸਰਕਾਰ ਨੂੰ ਵੀ ਮਜ਼ਬੂਰ ਕੀਤਾ ਕਿ ਉਹ ਮਜ਼ਦੂਰਾਂ ਦੀਆਂ ਕੁਛ ਨਾ ਕੁਛ ਉਹਨਾਂ ਮੰਗਾਂ ਮੰਨਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਐਲਾਨ ਕੀਤੇ ਗਏ ਨੇ ਪਰ ਪ੍ਰੈਕਟੀਕਲੀ ਅਜੇ ਕੁਛ ਵੀ ਲਾਗੂ ਨਹੀਂ ਹੋਇਆ। ਬਰਸਟ ਸਾਹਿਬ, ਇੱਕ ਗੱਲ ਮੈਂ ਤੁਹਾਡੇ ਤੋਂ ਪੁੱਛਣੀ ਕਿ ਕੁਛ ਕੁਛ ਜਿਹੜੀਆਂ ਪਲਾਨਸ ਆਉਂਦੇ ਆ ਗੌਰਮੈਂਟ ਵੱਲੋਂ, ਜਿੱਦਾਂ ਨਰੇਗਾ ਜਾਂ ਮਨਰੇਗਾ ਕਹਿ ਲੈਂਦੇ ਹਾਂ, ਠੀਕ ਹੈ, ਮਹਾਤਮਾ ਗਾਂਧੀ ਨੈਸ਼ਨਲ ਰੋਜ਼ਗਾਰ ਯੋਜਨਾ ਐਕਟ ਦੇ ਤਹਿਤ ਲੋਕ ਫਾਇਦਾ ਵੀ ਚੱਕਦੇ ਆ, ਲੋਕ ਕਰਦੇ ਆ ਕਿ ਠੀਕ ਹੈ ਹਸਬੈਂਡ ਵਾਈਫ ਹੈ, ਜੇ ਬੱਚਾ ਵੱਡਾ ਉਹ ਵੀ ਨਾਲ ਜਾ ਕੇ ਆਉਂਦਾ, ਅਤੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਨੇ ਆਰਥਿਕ ਜਿਹੜੀ ਦਸ਼ਾ ਆਪਦੀ ਸੁਧਾਰੀ ਵੀ ਹੈ, ਪੱਕੇ ਮਕਾਨ ਵੀ ਪਾ ਲਏ, ਉੱਧਰ ਵੀ ਨਰੇਗਾ 'ਚ ਵੀ ਦਿਹਾੜੀ ਲਾਏ, ਅਤੇ ਸ਼ਾਮ ਨੂੰ ਆ ਕੇ ਕਿਸੇ ਹੋਰ ਨਾਲ ਹੱਥ ਵੰਡਾ ਤਾ, ਉੱਥੋਂ ਵੀ ਚਾਰ ਚਿੱਲੜ ਲਿਆਏ। ਸਾਰ ਤੋਂ ਵੱਡਾ ਜਿਹੜਾ ਉਹਨਾਂ ਨੂੰ ਜਾਗਰੂਕ ਨਾ ਹੋਣ ਦਾ ਹਿੱਸਾ ਹੈ ਕਿ ਉਹਨਾਂ ਦੇ ਵਿੱਚ ਜਿਹੜੀ ਮੈਂ ਨੋਟ ਕੀਤੀ ਹੈ ਕਿ ਉਹਨਾਂ ਦੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਨਸ਼ੇ ਵੱਲ ਤਾਂ ਚਲੇ ਜਾਂਦੀ ਹੈ, ਕਿਉਂ? ਕਿਉਂਕਿ ਉਹ ਚਾਹੁੰਦੇ ਆ ਕਿ ਸੁਪਨੇ ਵੱਡੇ ਆ ਸਾਡੇ ਪਰ ਸਰਕਾਰ ਹੁੰਦੇ ਨਜ਼ਰ ਨਹੀਂ ਆ ਰਹੇ, ਤਾਂ ਆਸ਼ਾਹੀਣ ਹੋ ਕੇ ਉਹ ਕਿਤੇ ਨਾ ਕਿਤੇ ਲੱਗ ਜਾਂਦੇ, ਤਾਂ ਫਿਰ ਉਹ ਜਿਹੜੇ ਯੋਜਨਾਵਾਂ ਦਾ ਫਾਇਦਾ ਵੀ ਨਹੀਂ ਚੱਕ ਸਕਦੇ ਗੇ। ਉਹ ਜਾਗਰੂਕਤਾ ਲਿਆਉਣ ਲਈ ਕੋਈ ਉਪਾਅ ਗੌਰਮੈਂਟ ਵੱਲੋਂ ਕਰਨੇ ਚਾਹੀਦੇ ਕਿ ਨਹੀਂ ਕਰਨੇ ਚਾਹੀਦੇ? ਅੱਜ ਤੁਸੀਂ ਬਹੁਤ ਵਧੀਆ ਸਵਾਲ ਉਠਾਇਆ ਕਿ ਸਰਕਾਰ ਦੀਆਂ ਜੋ ਪਾਲਿਸੀਆਂ ਆ ਰਹੀਆਂ ਨੇ ਜਿਵੇਂ ਮਿਡ ਡੇ ਮੀਲ ਆ, ਮਨਰੇਗਾ ਹੈ, ਜਾਂ ਸਬਸਿਡੀਆਂ ਨੇ, ਜਾਂ ਸ਼ਡਿਊਲਡ ਕਾਸਟ ਬੱਚਿਆਂ ਲਈ ਸਕਾਲਰਸ਼ਿਪ ਸਕੀਮਾਂ ਨੇ, ਕੁਛ ਇਹ ਚੰਗੇ ਨੇ ਅਤੇ ਮਤਲਬ ਕਿ ਮਜ਼ਦੂਰਾਂ ਨੂੰ ਉਠਾਉਣ ਲਈ ਕੁਛ ਵਧੀਆ ਕਦਮ ਨੇ। ਪਰ ਜੇ ਮਨਰੇਗਾ ਦਾ ਵੀ ਦੇਖਿਆ ਜਾਵੇ ਪੰਜਾਬ 'ਚ ਜਾਂ ਹੋਰ ਦੇਸ਼ਾਂ ਸੂਬਿਆਂ 'ਚ ਕਿ 100 ਦਿਨ ਘੱਟੋ ਘੱਟ ਉਹਨਾਂ ਨੇ ਕੰਮ ਦੇਣਾ, ਪਰ ਉਹ 100 ਦਿਨ ਦਾ ਕੰਮ ਵੀ ਨਹੀਂ ਮਿਲਦਾ। ਇਹਦੇ ਵਿੱਚ ਵੀ ਬਹੁਤ ਸਾਰੇ ਐਸੇ ਲੂਪ ਹੋਲਜ ਨੇ ਕਿ ਜਾਅਲੀ ਨਾਮ ਲਿਖ ਕੇ, ਜਾਅਲੀ ਦਿਹਾੜੀਆਂ ਲਾ ਕੇ ਕਿਸਾਨ ਪਰਿਵਾਰਾਂ ਨੂੰ ਵੀ ਮਤਲਬ ਕਿ ਉਹਦੇ 'ਚ ਮਨਰੇਗਾ 'ਚ ਦਿਹਾੜੀ ਦਿੱਤੀ ਜਾਂਦੀ ਹੈ, ਅਤੇ ਜਿਹੜੇ ਲੋੜਵੰਦ ਅਸਲੀ ਲੋੜਵੰਦ ਨੇ ਕਈ ਵਾਰੀ ਉਹ ਛੁੱਟ ਜਾਂਦੇ ਆ, ਕਿਉਂਕਿ ਇਹ ਪੰਚਾਇਤਾਂ 'ਤੇ ਵੀ ਜਿਹੜੀ ਜੱਟ ਜ਼ਿਮੀਂਦਾਰੀ ਭਾਰੂ ਹੋਣ ਕਰਕੇ ਜਾਂ ਧਨੀ ਕਿਸਾਨ ਭਾਰੂ ਹੋਣ ਕਰਕੇ ਮਤਲਬ ਉਹ ਵੀ ਮਨਰੇਗਾ ਨੂੰ ਇਸ ਢੰਗ ਨਾਲ ਇੰਪਲੀਮੈਂਟ ਕਰਵਾਉਂਦੇ ਆ ਕਿ ਉਹਦਾ ਵੱਡਾ ਫਾਇਦਾ ਖੇਤ ਮਜ਼ਦੂਰਾਂ ਨੂੰ ਨਾ ਹੋਵੇ। ਮਤਲਬ ਹੁੰਦਾ, ਮੈਂ ਨਹੀਂ ਕਹਿੰਦਾ ਫਾਇਦਾ ਨਹੀਂ ਹੁੰਦਾ ਅਤੇ ਉਹ ਦਿਹਾੜੀ ਵੀ ਕਮਾਉਂਦੇ ਆ, ਪਰ ਕੋਸ਼ਿਸ਼ ਇਹ ਹੁੰਦੀ ਆ ਕਿ ਯਾਰ ਇਹ ਛੱਡੋ ਪਰੇ, ਆਪਾਂ ਕਿਸੇ ਹੋਰ ਬੰਦੇ ਨੂੰ ਦਿਹਾੜੀ 'ਤੇ ਲਾ ਲੈਂਦੇ ਹਾਂ। ਭਾਈ, ਗੱਲ ਉੱਥੇ ਆ ਜਾਂਦੀ ਹੈ ਫਿਰ ਬਰਸਟ ਸਾਹਿਬ, ਗੱਲ ਇਹ ਹੈ ਕਿ ਰੁਝਾਨ ਮੈਂ ਦੇਖਿਆ ਆਮ ਇੰਡੀਆ ਦੇ ਵਿੱਚ ਨਸ਼ੇ ਵੱਲ ਤਾਂ ਵੱਧ ਹੀ ਰਿਹਾ, ਪੰਜਾਬ 'ਚ ਕੀ ਹਰੇਕ ਜਗ੍ਹਾ ਵੱਧ ਰਿਹਾ, ਪਰ ਕੁਛ ਲੋਕ ਜਾਣ ਬੁੱਝ ਕੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਨਾ, ਉਹਨੂੰ ਇਹ ਖਾਸ ਕਰਕੇ ਜਿਹੜੇ ਦਬੇ ਕੁਚਲੇ ਵਰਗ ਆ, ਉਹਨਾਂ ਨੂੰ ਇਹ ਜਾਣ ਬੁੱਝ ਕੇ ਕਹਿੰਦੇ ਕਿ ਨਹੀਂ ਤੂੰ ਇੰਨਾ ਕੁ ਖਾ ਪੀ ਲਿਆ ਕਰ, ਤੂੰ ਤਕੜਾ ਰਹੇਗਾ, ਜਿਹੜੀ ਆਹ ਮਾਨਸਿਕਤਾ ਹੈ ਬਰਸਟ ਸਾਹਿਬ, ਚਾਹੇ ਬਜਾਏ ਕਿ ਉਹਨੂੰ ਐਜੂਕੇਟ ਕਰਨ ਦੇ ਜਾਂ ਵਰਕਸ਼ਾਪ ਤਾਂ ਖੈਰ ਸਰਕਾਰਾਂ ਦਾ ਕੰਮ ਆ, ਜਾਂ ਕਿਸਾਨ ਸਭਾਵਾਂ ਦਾ, ਜਾਂ ਜਿਹੜੇ ਹੋਰ ਸਮਾਜ ਭਲਾਈ ਵਾਲੀਆਂ ਹੈ ਉਹ ਲਾ ਸਕਦੀਆਂ ਕਿ ਭਾਈ ਤੁਸੀਂ ਇੱਧਰ ਨਹੀਂ ਤੁਰਨਾ, ਗੌਰਮੈਂਟ ਤੁਹਾਡਾ ਹੱਥ ਫੜ ਰਹੀ ਹੈ, ਤੁਸੀਂ ਮਨਰੇਗਾ ਵੱਲ ਜਾਓ, ਤੁਸੀਂ ਹੋਰ ਬਹੁਤ ਚੀਜ਼ਾਂ ਨੇ, ਜੇ ਉਸ ਜਾਤ ਮੈਂ ਕਿਸੇ ਜਾਤੀ ਦਾ ਨਾਂ ਨਹੀਂ ਲੈ ਰਿਹਾ ਵੀ ਉੱਥੋਂ ਜੇ ਆ ਕੇ ਇੰਨੀ ਰਿਜ਼ਰਵੇਸ਼ਨ ਮਿਲਦੀ ਹੈ, ਤਾਂ ਬੱਚੇ ਉੱਧਰ ਨੂੰ ਜਿਹੜਾ ਉਲਾਰ ਇੰਨੇ ਕਿਉਂ ਨਹੀਂ ਗਏ, ਉਲਾਰ ਕਿਉਂ ਨਹੀਂ ਗਏ, ਉਹਨਾਂ ਨੂੰ ਵਿਚਾਲੇ ਰੋਕਿਆ ਜਾ ਰਿਹਾ, ਨਸ਼ੇ ਵੱਲ ਪਾਇਆ ਜਾ ਰਿਹਾ, ਉਹ ਆਪਦੇ ਵੱਲੋਂ ਇੰਨੀ ਮੋਹਰ ਕਿਉਂ ਨਹੀਂ ਚੱਕ ਰਹੇ ਉਸ ਜਿਹੜਾ ਉਹ ਤਬਕਾ ਆ ਉਹਦੇ ਵਿੱਚੋਂ? ਭਾਅ ਜੀ, ਮੈਂ ਵੀ ਕਿਉਂਕਿ ਪਿੰਡਾਂ 'ਚ ਬਿਲੋਂਗ ਕਰਦਾ, ਪਿੰਡਾਂ ਦੀ ਹਾਲਤ ਵੀ ਦੇਖੀ ਹੈ। ਮੈਂ ਜੇ ਥੋੜ੍ਹਾ ਪਿੱਛੇ ਚਲਾ ਜਾਵਾਂ ਨਾ, ਜੀ ਪੱਕਾ ਸੀਰੀ ਸਿਸਟਮ ਹੁੰਦਾ ਸੀ, ਉਦੋਂ ਵੀ ਮੈਂ ਦੇਖਿਆ ਕਿ ਕਿਸਾਨ ਪਰਿਵਾਰਾਂ ਵੱਲੋਂ, ਜ਼ਿਮੀਂਦਾਰ ਪਰਿਵਾਰਾਂ ਵੱਲੋਂ ਜਿਹੜੇ ਉਹਨਾਂ ਦੇ ਨਾਲ ਸੀਰੀ ਕੰਮ ਕਰਦੇ ਸੀ, ਨੌਕਰ ਕੰਮ ਕਰਦੇ ਸੀ, ਅਤੇ ਉਹਨਾਂ ਨੂੰ ਭੁੱਕੀ ਖਵਾਉਂਦੇ ਸੀਗੇ, ਭੁੱਕੀ ਜਾਂ ਅਫੀਮ ਖਵਾ ਦੀ ਵੀ ਵੱਧ ਕੰਮ ਕਰਨਗੇ, ਥਕਾਵਾ ਨਹੀਂ ਆਊਗਾ। ਅਤੇ ਫਿਰ ਦੂਜਾ ਕਈ ਵਾਰ ਕੀ ਕਰਦੇ ਸੀਗੇ, ਜਿਹੜਾ ਜ਼ਿਮੀਂਦਾਰ ਪਰਿਵਾਰ ਦਾ ਕੋਈ ਨੌਜਵਾਨ ਹੈ ਜਾਂ ਵੱਡਾ ਮੈਂਬਰ ਹੈ, ਉਹ ਕਈ ਕਰਦੇ, ਜੇ ਹੁਣ ਕਣਕ ਵੱਢੀ ਜਾ ਰਹੀ ਹੈ ਨਾ ਜਾਂ ਜੀਰੀ ਵੱਢੀ ਜਾ ਰਹੀ ਹੈ, ਉਹਨਾਂ ਨੇ ਆ ਕੇ 4 ਵਜੇ ਆ ਕੇ ਕੰਮ ਕਰਨਾ ਸ਼ੁਰੂ ਕਰਨਾ, ਅਤੇ 4 ਵਜੇ ਤੱਕ ਮਜ਼ਦੂਰ ਥੱਕ ਜਾਂਦਾ, ਅਤੇ ਉਹਨਾਂ ਨੇ ਫਿਰ ਉਹਨਾਂ ਨੂੰ ਚੈਲੰਜ ਕਰਨਾ ਕਿ ਆਓ ਯਾਰ ਮੇਰੇ ਬਰਾਬਰ ਵੱਢ ਕੇ ਦਿਖਾਓ। ਅਤੇ ਉਹਦੇ 'ਚੋਂ ਫਿਰ ਮਜ਼ਦੂਰਾਂ ਨੂੰ ਨਸ਼ੇ 'ਤੇ ਲਾਇਆ ਜਾਂਦਾ ਸੀ ਵੀ ਤਾਂ ਜੋ ਇਹ ਵੱਧ ਤੋਂ ਵੱਧ ਕੰਮ ਕਰਨ, ਅਤੇ ਉਹ ਇੱਦਾਂ ਨਸ਼ੇ 'ਤੇ ਲੱਗ ਕੇ ਜਿਹੜੇ ਪੁਰਾਣੇ ਹੁਣ ਖੇਤ ਮਜ਼ਦੂਰ ਨੇ ਜੇ ਪੱਕੇ ਸੀ, ਉਹ ਰਹਿ ਗਏ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਆ, ਤੇ ਉਹ ਵਿਆਜ ਵਿਆਜ ਲਈ ਵੀ ਕੰਮ ਕਰਦੇ ਆ।
ਬਹੁਤ ਸੋਹਣੀ ਗੱਲ ਕੀ ਕਰਮ ਸਿੰਘ ਜੀ, ਤੁਸੀਂ ਬਸੰਤ ਸਾਹਿਬ ਬਹੁਤ ਸੋਹਣੀ ਗੱਲ ਕਹੀ, ਇਹਨੂੰ ਆਪਾਂ ਅੱਗੇ ਲੈ ਕੇ ਚੱਲਾਂਗੇ। ਲਾਸਟ ਬ੍ਰੇਕ ਲਈ ਰੁਕਦੇ ਹਾਂ ਦਰਸ਼ਕੋ, ਬਹੁਤ ਹੀ ਸੋਹਣਾ ਵਿਸ਼ਾ ਕਿ ਖੇਤ ਮਜ਼ਦੂਰਾਂ ਦੇ ਲਈ ਆਵਾਜ਼ ਕੋਈ ਕਿਉਂ ਨਹੀਂ ਚੁੱਕਦਾ, ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ ਜਦੋਂ ਉਹ 30-40 ਸਾਲ ਆ ਕੇ ਬਜ਼ੁਰਗ ਹੋ ਜਾਂਦੇ, ਉਹ ਵਿਚਾਰੇ ਰੋਟੀ ਤੋਂ ਵੀ ਮੁਹਤਾਜ ਹੋ ਜਾਂਦੇ, ਉਹ ਹਾਲਾਤ ਦੇਖੀ ਨਹੀਂ ਜਾਂਦੀ, ਪਰ ਅੱਜ ਤੱਕ ਕੋਈ ਉਹਨਾਂ ਦੀ ਆਵਾਜ਼ ਕਿਉਂ ਨਹੀਂ ਚੁੱਕਦਾ, ਜਾਂ ਉਹ ਆਪਸ ਵਿੱਚ ਜਥੇਬੰਦ ਹੋ ਕੇ ਕੋਈ ਆਵਾਜ਼ ਚੱਕ ਕੇ ਕਿਸੇ ਪਲਾਨ ਦਾ ਗੌਰਮੈਂਟ ਨੂੰ ਕਹਿੰਦੇ ਕਿਉਂ ਨਹੀਂ, ਜੇ ਪਲਾਨ ਬਣਦਾ ਤਾਂ ਫਾਇਦਾ ਕਿਉਂ ਨਹੀਂ ਚੱਕਦੇ, ਆਪਣਾ ਬਣੇ ਹੋਏ ਨੇ। ਸਰਦਾਰ ਕਰਮ ਸਿੰਘ ਬਰਸਟ ਬਹੁਤ ਵਧੀਆ ਐਲਾਬਰੇਸ਼ਨ ਦੇ ਰਹੇ, ਵਿਸਤਾਰ ਨਾਲ ਗੱਲ ਸਮਝਾ ਰਹੇ। ਰੁਕਦੇ ਹਾਂ ਇੱਕ ਛੋਟੀ ਬ੍ਰੇਕ ਲਈ, ਦੇ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫਿਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਆਪਾਂ ਗੱਲ ਕਰਾਂ ਖੇਤ ਮਜ਼ਦੂਰਾਂ ਦੀ ਬਦਹਾਲੀ ਦੇ ਕਾਰਨ, ਉਹਨਾਂ ਦਾ ਜੀਵਨ ਯਾਪਨ ਜਾਂ ਉਹਨਾਂ ਦੀ ਜਿਹੜੀ ਜੀਵਨ ਸ਼ੈਲੀ ਹੈ, ਜੇ ਕੋਈ ਬੱਚਾ ਪੜ੍ਹ ਲਿਖ ਗਿਆ ਤਾਂ ਉਹ ਕਾਫੀ ਆਪਦੇ ਆਪ ਨੂੰ ਤਰੱਕੀ ਵੱਲ ਲੈ ਵੀ ਜਾਂਦਾ ਹੈ, ਪਰ ਉਹ ਕਿੰਨੀ ਕੁ ਪਰਸੈਂਟੇਜ ਹੈ? ਬਾਕੀ ਪਰਸੈਂਟੇਜ ਜਿੱਦਾਂ ਆਪਾਂ ਗੱਲ ਕਰ ਰਹੀਏ ਕਿ ਉਹ ਐਂਡ ਦੇ ਵਿੱਚ ਬਹੁਤ ਹੀ ਗਰੀਬੀ ਦੇ ਵਿੱਚ ਰਹਿ ਕੇ ਆ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਨੇ, ਅਤੇ ਗੱਲ ਹੈ ਕਿ ਅਸੀਂ ਇਸ ਐਡਵਾਂਸ ਦੁਨੀਆ ਤੋਂ ਕੀ ਲੈਣਾ, ਜੇ ਸਾਡੇ ਨਾਲ ਕੰਮ ਕਰਨ ਵਾਲੇ ਵੀ, ਜੇ ਉਹਨਾਂ ਦਾ ਜਿਹੜਾ ਦੁਖਾਂਤ ਹੈ ਬੁਢਾਪੇ ਦੇ ਵਿੱਚ ਇੰਨਾ ਮਾੜਾ ਹੋਣਾ, ਉਹਨਾਂ ਦਾ ਜਿਹੜਾ ਜ਼ਿੰਦਗੀ ਦਾ ਲਾਸਟ ਪੜਾਵ ਹੁੰਦੇ ਆ, ਜਿੱਥੇ ਆਮ ਇੱਕ ਰੈਗੂਲਰ ਬੰਦਾ ਇਹ ਸੋਚਦਾ ਕਿ ਮੈਂ ਬੜੀ ਆਰਾਮ ਨਾਲ ਜ਼ਿੰਦਗੀ ਜਿਊਂਗਾ, ਰੱਬ ਦਾ ਨਾਂ ਲਊਂਗਾ, ਲੋਕਾਂ ਨੂੰ ਵੀ ਦੱਸੂਗਾ ਕਿ ਜ਼ਿੰਦਗੀ ਦੇ ਐਕਸਪੀਰੀਅੰਸ ਕੀ, ਤਾਂ ਉਹ ਵਿਚਾਰੇ ਰੋਜ਼ੀ ਰੋਟੀ ਜਾਂ ਕੱਪੜੇ ਤੋਂ ਵੀ ਮੁਹਤਾਜ ਹੁੰਦੇ ਨੇ। ਬੜੀ ਸੋਹਣੀ ਚਰਚਾ ਕਰ ਰਹੇ ਨੇ ਸਰਦਾਰ ਕਰਮ ਸਿੰਘ ਬਰਸਟ। ਬਰਸਟ ਸਾਹਿਬ ਸਵਾਗਤ ਤੁਹਾਡਾ ਆਫਟਰ ਬ੍ਰੇਕ। ਤੁਸੀਂ ਬਹੁਤ ਸੋਹਣੀ ਗੱਲ ਕੀਤੀ ਕਿ ਉਸ ਹਾਲਾਤ ਦੇ ਵਿੱਚ ਜਦੋਂ ਨਸ਼ੇ 'ਤੇ ਆਦੀ ਕਰ ਦਿੰਦੇ ਤਾਂ ਉਸ ਹਾਲਾਤ ਦੇ ਵਿੱਚ ਵਿਚਾਰੇ ਸਿਰੀ ਤਾਂ ਲੱਗੇ ਰਹਿੰਦੇ ਹੈ, ਪਰ ਉਹਨਾਂ ਤੋਂ ਵਿਆਜ ਹੀ ਪੂਰਾ ਨਹੀਂ ਹੁੰਦਾ। ਬਹੁਤ ਸੋਹਣੀ ਗੱਲ ਕਰ ਰਹੇ ਸੀ ਤੁਸੀਂ, ਉੱਥੋਂ ਦੁਬਾਰਾ ਸ਼ੁਰੂ ਕਰਿਓ ਜੀ। ਹਾਂ, ਮੈਂ ਕਹਿਣਾ ਚਾਹੁੰਦਾ ਸੀ ਕਿ ਪੰਜਾਬ ਵਿੱਚ ਹੁਣ, ਵੀ ਪਹਿਲਾਂ ਥੋੜ੍ਹਾ ਮੈਂ ਡਾਟਾ ਦੇਵਾਂ ਤੁਹਾਨੂੰ, 1961 ਵਿੱਚ 9% ਸੀਗੇ ਮਜ਼ਦੂਰ ਖੇਤੀ ਵਿੱਚ ਕੰਮ ਕਰਦੇ, 71 ਵਿੱਚ ਵੱਧ ਕੇ ਇਹਨਾਂ ਦੀ ਗਿਣਤੀ 16% ਹੋ ਗਈ, 91 'ਚ ਵੱਧ ਕੇ 23% ਦੇ ਨੇੜੇ ਚਲੇ ਗਏ। ਮਤਲਬ ਕਿ ਮਜ਼ਦੂਰਾਂ ਦੀ ਜਿਹੜੀ ਸੰਖਿਆ ਕੁੱਲ ਵਰਕ ਫੋਰਸ 'ਚ ਉਹ ਵੱਧਦੀ ਜਾ ਰਹੀ ਆ, ਉਹਦੇ ਵਿੱਚ ਕਿਸਾਨ ਵੀ ਸ਼ਾਮਿਲ ਹੋ ਰਹੇ ਨੇ, ਮਜ਼ਦੂਰਾਂ ਦੇ ਜਿਹੜੇ ਪਰਿਵਾਰ ਨੇ ਉਹ ਕਿਸੇ ਹੋਰ ਪਾਸੇ ਜਾਣ ਦੀ ਬਜਾਏ ਉਹ ਖੇਤੀ 'ਤੇ ਹੀ ਡਿਪੈਂਡੈਂਟ ਨੇ, ਜਾਂ ਇੱਦਾਂ ਕਹਿ ਲਈਏ ਕਿ ਉਹਨਾਂ ਲਈ ਰੁਜ਼ਗਾਰ ਦਾ ਹੋਰ ਕੋਈ ਵੀ ਸਾਧਨ ਨਹੀਂ ਹੈ। ਤੁਸੀਂ ਦੇਖਿਆ ਹੋਊਗਾ, ਕੋਵਿਡ ਦੌਰਾਨ ਵੀ ਦੇਖਿਆ ਹੋਊਗਾ, ਵੱਡੇ ਵੱਡੀਆਂ ਇੰਡਸਟਰੀਆਂ 'ਚੋਂ ਮਜ਼ਦੂਰ ਵਿਹਲੇ ਜਦੋਂ ਹੋਏ, ਲੋਕਡਾਊਨ ਲੱਗਿਆ, ਤਾਂ ਉਹਨਾਂ ਦਾ ਆਖਰੀ ਸਹਾਰਾ ਉਹਨਾਂ ਦੇ ਪਿੰਡ ਬਣੇ ਜੀ। ਪੰਜਾਬ ਜਾਂ ਯੂਪੀ ਦਾ ਮਜ਼ਦੂਰ ਸੀ, ਚਾਹੇ ਬਿਹਾਰ ਦਾ ਮਜ਼ਦੂਰ ਸੀ, ਅਤੇ ਉਹਨਾਂ ਦੀ ਕੋਸ਼ਿਸ਼ ਇਹ ਰਹੀ ਆ, ਭਾਵੇਂ ਤੁਰ ਕੇ ਜਾਣ, ਭਾਵੇਂ ਲਟਕ ਕੇ ਜਾਣ, ਟ੍ਰੇਨਾਂ 'ਚ ਲਟਕ ਕੇ ਜਾਣ, ਇਹ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਘਰਾਂ 'ਚ ਪਹੁੰਚ ਜਾਈਏ। ਮਤਲਬ ਖੇਤੀ ਅਜੇ ਵੀ ਮੁੱਖ ਜਿਹੜਾ ਹੈ ਮੁੱਦਾ ਬਣਿਆ ਹੋਇਆ ਹੈ, ਮੁੱਖ ਸੋਰਸ ਆਫ ਇਨਕਮ ਹੈ, ਚਾਹੇ ਉਹਦੇ 'ਚ ਤੁਹਾਡਾ ਗੁਜ਼ਾਰਾ ਹੁੰਦਾ ਜਾਂ ਨਹੀਂ ਹੁੰਦਾ, ਪਰ ਇੱਕ ਸੋਸ਼ਲ ਸਿਕਿਉਰਿਟੀ ਬਣੀ ਰਹਿੰਦੀ ਹੈ ਕਿ ਮੈਂ ਆਪਣੇ ਘਰ ਤਾਂ ਬੈਠਾ, ਜੀ ਜੀ, ਚਾਹੇ ਉਹ ਘਰ ਕੱਚਾ ਹੀ ਹੈ ਤਾਂ ਵੀ ਕੋਈ ਨਹੀਂ। ਮੈਂ ਇੱਕ ਖੇਤ ਮਜ਼ਦੂਰ ਨਾਲ ਸਪੈਸ਼ਲ ਗੱਲ ਕੀਤੀ ਸੀ, ਜਦੋਂ ਕਰੋਨਾ ਦਾ ਪੀਰੀਅਡ ਚੱਲ ਰਿਹਾ ਸੀ ਅਤੇ ਟ੍ਰੇਨਾਂ 'ਚ ਲਟਕ ਕੇ ਲੋਕ ਜਾ ਰਹੇ ਸੀ ਬਿਹਾਰ ਝਾਰਖੰਡ, ਉਹ ਬਿਹਾਰ ਦੇ ਕਿਸੇ ਕੋਰਨਰ 'ਚ ਸੀਗਾ, ਤਾਂ ਬਾਅਦ ਦੇ ਵਿੱਚ ਗੱਲ ਹੋਈ ਕਿਤੋਂ ਨੰਬਰ ਲਾ ਕੇ, ਤਾਂ ਮੈਂ ਉਹਨਾਂ ਦਾ ਇੱਕੋ ਹੀ ਕਹਿਣਾ ਸੀਗਾ ਕਿ ਸਾਡੇ ਕੋਲ ਸਿਰਫ 2 ਕਮਰਿਆਂ ਦਾ ਅਤੇ ਇੱਕ ਕਿਚਨ ਤਾਂ ਨਾ ਮਾਤਰ ਹੀ ਹੁੰਦੀ ਹੈ, ਘਰ ਹੈਗਾ ਬੱਲੀਆਂ ਦਾ, ਸਾਡਾ ਆਪਦਾ ਆ, ਸਾਨੂੰ ਉੱਥੇ ਕੇ ਠਾਲੂਗਾ ਨਹੀਂ ਰਹੀ ਗੱਲ 2 ਵਕਤ ਦੀ ਰੋਟੀ ਦੀ। ਕਹਿੰਦੇ ਇਸ ਹਾਲਾਤ ਇੱਦਾਂ ਦੇ ਕਿ ਸਾਨੂੰ ਨਵਾਂ ਕੱਪੜਾ ਨਹੀਂ ਚਾਹੀਦਾ, 2 ਵਕਤ ਦੀ ਰੋਟੀ ਤਾਂ ਕਹਿੰਦੇ ਅਸੀਂ ਉੱਥੇ ਜਿਹੜੇ ਖੇਤ ਆ ਜਾਂ ਕੁਛ ਵੀ ਕਰਕੇ, ਅਸੀਂ ਕੁਛ ਵੀ ਕਰਕੇ 2 ਵਕਤ ਦੀ ਰੋਟੀ ਤਾਂ ਉੱਥੇ ਖਾ ਲਾਂਗੇ, ਪਰ ਜੇ ਅਸੀਂ ਕਿਸੇ ਵੱਡੇ ਸ਼ਹਿਰ ਜਾਂ ਕਿਸੇ ਹੋਰ ਥਾਂ ਬੈਠੇ ਰਹੇ ਤਾਂ ਹੋ ਸਕਦਾ ਸਾਨੂੰ ਕੋਈ ਮਜਬੂਰ ਕਰ ਦੇਵੇ ਕਿ ਤੁਸੀਂ ਇਸ ਘਰ 'ਚੋਂ ਨਿਕਲ ਕੇ ਸੜਕ 'ਤੇ ਬਹਿ ਜਾਓ। ਉਸ ਹਾਲਾਤ ਦੇ ਵਿੱਚ ਸਾਨੂੰ ਬੈਟਰ ਲੱਗਾ ਕਿ ਅਸੀਂ ਆਪਦੇ ਘਰ ਜਾਈਏ, ਜਿਹੜੇ ਖੇਤ ਖਲਿਆਨ ਨੇ ਰੁੱਖੀ ਮਿੱਸੀ ਉੱਥੋਂ ਲੱਭ ਕੇ ਖਾ ਲਾਂਗੇ। ਬਹੁਤ ਚੰਗੀ ਗੱਲ ਕੀਤੀ ਕਿ ਖਿੱਚ ਉਹਨਾਂ ਦਾ ਘਰ ਅਤੇ ਉਹਨਾਂ ਦੀ ਪਿੰਡ ਰਹੇ, ਅਗੇਨ ਐਂਡ ਆਫ ਦਾ ਡੇ ਜਿਹੜਾ ਬੁਢਾਪਾ ਉਹਨਾਂ ਦਾ ਜਾਂ ਫਿਰ ਅਖੀਰਲੀ ਜ਼ਿੰਦਗੀ ਦੇ ਵਾਸਤੇ ਆਪਣੇ ਬਰਸਟ ਸਾਹਿਬ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਜਥੇਬੰਦਕ ਤੌਰ 'ਤੇ ਥੋੜ੍ਹਾ ਜਿਹਾ ਢਾਂਚਾ ਕਾਇਮ ਕਰਨਾ ਚਾਹੀਦਾ। ਦੂਜੀ ਗੱਲ, ਉਹਨਾਂ ਨੂੰ ਆਪਦੇ ਆਪ ਨੂੰ ਐਜੂਕੇਟ ਅਤੇ ਉਹਨਾਂ ਦੇ ਬੱਚਿਆਂ ਨੂੰ ਆਪਾਂ ਜਾਂ ਤੁਸੀਂ
ਜਿਹੜੇ ਬੁੱਧੀਜੀਵੀ ਲੋਕ ਆ ਉਹ ਤੁਸੀਂ ਮਾਰਗਦਰਸ਼ਨ ਕਰ ਸਕਦੇ ਹੋ ਕਿ ਠੀਕ ਹੈ ਤੁਸੀਂ ਨਸ਼ੇ ਵੱਲ ਨਹੀਂ ਪੈਣਾ ਜੇ ਦਿਹਾੜੀ ਕਰਦੇ ਹੋ, ਬਹੁਤ ਚੰਗੀ ਗੱਲ ਹੈ ਕਿਉਂਕਿ ਕਿਰਤ ਕਰੋ ਤਾਂ ਆਪਣੇ ਬਾਬੇ ਨਾਨਕ ਨੇ ਵੀ ਕਿਹਾ ਵੀ ਹੱਥੀਂ ਕਰਕੇ ਖਾਓ, ਪਰ ਗੱਲ ਉੱਥੇ ਆ ਜਾਂਦੀ ਹੈ ਕਿ ਉਹ ਕਿਰਤ ਕਰਕੇ ਵੀ ਜਦੋਂ ਉਹਨਾਂ ਦੇ ਸਿਰ ਕਰਜ਼ਾ ਚੜਿਆ ਰਹਿੰਦਾ ਜਾਂ ਫਿਰ ਕਰਜ਼ਾ ਚੜਾਇਆ ਜਾਂਦਾ ਕਿਸੇ ਕਾਰਨ ਤਾਂ ਕਿ ਇਹ ਸਾਡੇ ਨਾਲ ਹੀ ਲੱਗੇ ਰਹਿਣ, ਕਿਤੇ ਹੋਰ ਤਰੱਕੀ ਨਾ ਕਰ ਜਾਣ, ਇਸ ਮਾਨਸਿਕਤਾ ਤੋਂ ਆਪਾਂ ਛੁਟਕਾਰਾ ਕਿੱਦਾਂ ਪਵਾਉਣਾ ਉਹਨਾਂ ਨੂੰ? ਭਾਜੀ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਮਜ਼ਦੂਰ, ਮੈਂ ਇਸ ਤੋਂ ਪਹਿਲਾਂ ਇੱਕ ਗੱਲ ਕਰਨੀ ਚਾਹੁੰਦਾ ਜੀ ਕਿ ਮਨੁੱਖ ਨੂੰ ਚੇਤਨਾ ਕਿੱਥੋਂ ਆਉਂਦੀ ਆ ਵੀ ਅਸੀਂ ਜਥੇਬੰਦ ਹੋਣਾ, ਅਸੀਂ ਕੋਈ ਸੰਘਰਸ਼ ਕਰਨਾ ਜੀ, ਅਸੀਂ ਸਿਆਣੇ ਨਾ? ਉਹ ਆਉਂਦੀ ਆ ਸਕੂਲਾਂ ਵਿੱਚੋਂ, ਕਾਲਜਾਂ ਵਿੱਚੋਂ। ਮਤਲਬ ਜੇ ਆਪਾਂ ਦੇਖੀਏ ਤਾਂ ਆਪਾਂ ਵੀ ਕਾਲਜਾਂ ਸਕੂਲਾਂ 'ਚ ਪੜ੍ਹੇ ਹਾਂ, ਸਟੂਡੈਂਟ ਯੂਨੀਅਨ 'ਚ ਕੰਮ ਕੀਤਾ ਜਾਂ ਬਾਅਦ 'ਚ ਮਜ਼ਦੂਰ ਯੂਨੀਅਨ 'ਚ, ਮੁਲਾਜ਼ਮ ਯੂਨੀਅਨ 'ਚ ਕੰਮ ਕੀਤਾ, ਇਹ ਬੈਨੀਫਿਟ ਆ ਖਾਂਦੀ ਪੀਂਦੀ ਕਲਾਸ ਲਈ ਕਿ ਉਹਨਾਂ ਨੂੰ ਕਾਲਜ ਵਿੱਚ ਜਾਣ ਦਾ ਮੌਕਾ ਮਿਲਦਾ, ਸਕੂਲਾਂ 'ਚ ਜਾਣ ਦਾ ਮੌਕਾ ਮਿਲਦਾ, ਅਤੇ ਇਸ ਕਰਕੇ ਉੱਥੋਂ ਕਿਤਾਬਾਂ 'ਚੋਂ ਵੀ ਚੇਤਨਾ ਆਉਂਦੀ ਆ, ਟੀਚਰਸ ਤੋਂ ਵੀ ਚੇਤਨਾ ਆਉਂਦੀ ਆ, ਆਪਣੇ ਪੁਰਾਣੇ ਬਜ਼ੁਰਗਾਂ ਤੋਂ ਵੀ ਚੇਤਨਾ ਆਉਂਦੀ ਆ, ਇਤਿਹਾਸ ਤੋਂ ਵੀ ਚੇਤਨਾ ਆਉਂਦੀ ਆ। ਪਰ ਖੇਡਾਂ ਦੇ ਮਾਮਲੇ ਵਿੱਚ ਆਪਾਂ ਦੇਖਦੇ ਵੀ ਇਹ ਨੈਗੇਟਿਵ ਵਿੱਚ ਹੀ ਹੈ ਕਿ ਉਹ ਸਕੂਲ ਤੋਂ ਵੀ ਦੂਰ ਹੋ ਰਹੇ ਨੇ, ਕਾਲਜ ਤਾਂ ਬਹੁਤ ਦੂਰ ਦੀ ਗੱਲ ਉਹਨਾਂ ਲਈ। ਹੁਣ ਜਿਹੜੇ ਤਾਜ਼ਾ ਅੰਕੜੇ ਨੇ ਉਹ ਇਹ ਆ ਕਿ ਖੇਤ ਮਜ਼ਦੂਰਾਂ ਦੇ ਬੱਚਿਆਂ ਦੇ ਡਰੋਪ ਆਊਟ ਰੇਟ ਇੰਨਾ ਜ਼ਿਆਦਾ ਆ, ਕੋਈ ਪੰਜਵੀਂ ਤੋਂ ਛੁੱਟ ਜਾਂਦਾ, ਬਹੁਤ ਲੋਕ ਨੇ ਜਿਹੜੇ 10ਵੀਂ 'ਚੋਂ ਛੁੱਟ ਜਾਂਦੇ ਆ, ਅਤੇ ਕਾਲਜ ਜਾਣ ਦੀ ਤਾਂ ਗਿਣਤੀ 1 ਜਾਂ 2% ਮਸਾ ਰਹਿ ਜਾਂਦੀ ਹੈ। ਸੋ ਇਸ ਕਰਕੇ ਜਿਹਨੂੰ ਗਿਆਨ ਪ੍ਰਾਪਤ ਹੋਣਾ ਸੀ ਉਹਨਾਂ ਦੇ ਚੈਨਲ ਬੰਦ, ਬੂਹੇ ਬੰਦ ਹੋ। ਤਾਂ ਹੁਣ ਉਹਨਾਂ ਨੂੰ ਜੇ ਚੇਤਨ ਕਰਨ ਦਾ ਮਸਲਾ ਹੈਗਾ ਵੀ ਕੌਣ ਚੇਤਨ ਕਰੇ, ਤਾਂ ਉਹ ਸਿਰਫ ਮੇਰੇ ਵਰਗੇ ਤੁਹਾਡੇ ਵਰਗੇ ਜਿਹੜੇ ਸਮਾਜ ਨੂੰ ਸਮਝਦੇ ਆ, ਉਹ ਕੁਰਬਾਨੀ ਦੇਣੀ ਪੈਣੀ ਆ ਆਪਣਾ ਕੰਮ ਛੱਡ ਕੇ, ਤਾਂ ਜੋ ਮਤਲਬ ਇੱਕ ਤਾਂ ਵਲੰਟਰੀ ਜਾਂ ਮਿਸ਼ਨਰੀ ਦੇ ਤੌਰ 'ਤੇ ਕੰਮ ਕਰਦੇ ਹੋਏ ਕਿ ਉਹਨਾਂ ਨੂੰ ਔਰਗੇਨਾਈਜ਼ ਕੀਤਾ ਜਾਵੇ, ਉਹਨੂੰ ਦੱਸਿਆ ਜਾਵੇ ਵੀ ਭਾਈ ਤੁਹਾਡੀਆਂ ਦਿੱਕਤਾਂ ਇਹ ਨੇ ਅਤੇ ਇਹਨਾਂ ਦਾ ਮਸਲਾ ਇਵੇਂ ਹੱਲ ਹੋਣਾ। ਅਤੇ ਹੁਣ ਇੱਕ ਵੱਡੀ ਪ੍ਰੋਬਲਮ ਜਿਵੇਂ ਤੁਹਾਨੂੰ ਦੱਸਾਂ ਕਿ ਜਦੋਂ ਇਹ ਧਰਨਾ ਲੱਗਿਆ ਸੀ ਸੰਗਰੂਰ ਵਿੱਚ, ਤਾਂ ਉਹਦੀ ਸਭ ਤੋਂ ਵੱਡੀ ਡਿਮਾਂਡ ਇਹ ਸੀ ਕਿ ਉਹਨਾਂ ਨੂੰ ਘੱਟੋ ਘੱਟ 10 ਮਰਲੇ ਦੇ ਪਲਾਟ ਦਿੱਤੇ ਜਾਣ। ਉਹਦਾ ਕਾਰਨ ਇਹ ਆ ਕਿ ਪਿਛਲੇ 70-75 ਸਾਲਾਂ ਵਿੱਚ ਜਿੰਨੀ ਪਾਪੂਲੇਸ਼ਨ ਵਧੀ ਆ, ਕਿ ਪਹਿਲਾਂ ਆਪਾਂ ਦੇਖਿਆ ਸੀ ਖੇਤ ਮਜ਼ਦੂਰਾਂ 'ਚ ਜਾਂ ਪਿੰਡਾਂ ਤੋਂ ਲੱਗੀ ਰਹਿੰਦੇ ਸੀਗੇ ਦਲਿਤ ਮਜ਼ਦੂਰ, ਜਿਹਨਾਂ ਨੂੰ ਉਹਦੀ ਬਸਤੀ ਆਪਾਂ ਕਹਿ ਸਕਦੇ ਹਾਂ, ਵਿਹੜੇ ਕਹਿ ਸਕਦੇ ਹਾਂ, ਕਿ ਉਹਨਾਂ ਕੋਲ ਮੁਸ਼ਕਿਲ ਨਾਲ 1 ਜਾਂ 2 ਮਰਲੇ ਦੇ ਘਰ ਹੁੰਦੇ ਸੀ ਪੁਰਾਣੇ ਬਜ਼ੁਰਗਾਂ ਕੋਲ। ਅਤੇ ਹੁਣ ਪੀੜ੍ਹੀ ਦਰ ਪੀੜ੍ਹੀ ਉਹ ਟੁੱਟ ਗਏ ਅਤੇ ਕਈ ਕਈ ਘਰ ਬਣ ਗਏ, ਅਤੇ ਉਹਨਾਂ ਕੋਲ ਰਹਿਣ ਲਈ ਜਗ੍ਹਾ ਨਹੀਂ ਬਚੀ, ਜਗ੍ਹਾ ਨਹੀਂ ਬਚੀ, ਰੂੜੀ ਲਈ ਥਾਂ ਨਹੀਂ ਬਚੀ, ਗੋਹਾ ਪੱਥਣ ਲਈ ਥਾਂ ਨਹੀਂ ਬਚੀ। ਇਸ ਕਰਕੇ ਰਿਹਾਇਸ਼ ਇੱਕ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਤਿੰਨ ਨੰਬਰ 'ਤੇ ਕਰਜ਼ਾ ਬਹੁਤ ਵੱਡਾ ਮੁੱਦਾ, ਅਤੇ ਇਹ ਦੋ ਮੰਗਾਂ ਮਜ਼ਦੂਰਾਂ ਦੀਆਂ ਹੈਗੀਆਂ ਕਿ ਸਭ ਤੋਂ ਪਹਿਲਾਂ ਸਾਨੂੰ ਪਲਾਟ ਦਿੱਤੇ ਜਾਣ ਰਿਹਾਇਸ਼ ਵਾਸਤੇ, ਦੂਜਾ ਸਾਡੇ ਕਰਜ਼ੇ ਦਾ ਕੋਈ ਇੰਤਜ਼ਾਮ ਕੀਤਾ ਜਾਵੇ, ਤੀਜਾ ਸਾਡੇ ਵਾਸਤੇ ਕੋਈ ਪਰਮਾਨੈਂਟ ਰੁਜ਼ਗਾਰ, ਚਾਹੇ ਮਨਰੇਗਾ 'ਚ ਹੋਵੇ ਜਾਂ ਕਿਸੇ ਹੋਰ ਪੇਂਡੂ ਇੰਡਸਟਰੀਆਂ 'ਚ ਹੋਣ, ਸਾਨੂੰ ਦਿੱਤਾ ਜਾਵੇ। ਕਰਮ ਸਿੰਘ ਜੀ, ਤੁਸੀਂ ਬਹੁਤ ਸੋਹਣਾ ਵਿਸਥਾਰ ਨਾਲ ਸਾਰੀ ਗੱਲ ਸਮਝਾਈ। ਅਗੇਨ ਆਵਾਜ਼ ਜ਼ਰੂਰ ਚੱਕਿਓ ਆਪਣੇ ਆਲੇ ਦੁਆਲੇ ਉਹਨਾਂ ਬੱਚਿਆਂ ਨੂੰ ਜਿਹੜੇ ਦਬਲੇ ਕੁਚਲੇ ਸਮਾਜ 'ਚ ਆਉਂਦੇ, ਕਿ ਜੋ ਚਲਾ ਗਿਆ ਕੱਲ ਚਲਾ ਗਿਆ, ਹੁਣ ਆਪਾਂ ਇਕੱਠੇ ਹੋ ਕੇ ਜਥੇਬੰਦਕ ਢਾਂਚੇ ਦੇ ਰੂਪ ਦੇ ਵਿੱਚ ਇਸ ਚੀਜ਼ ਨੂੰ ਉੱਪਰ ਚੱਕਣਾ, ਕਿਸੇ ਨੂੰ ਮਾੜਾ ਚੰਗਾ ਨਹੀਂ, ਕਿਉਂਕਿ ਕਿਰਤ ਤਾਂ ਕਰਨੀ ਹੈ, ਚਾਹੇ ਇੱਥੇ ਬਾਹਰਲੇ ਦੇਸ਼ਾਂ 'ਚ ਆ ਕੇ ਵੱਡੇ ਤੋਂ ਵੱਡਾ ਬੰਦਾ ਵੀ ਆ ਕੇ ਕੰਮ ਕਰੂਗਾ ਤਾਂ ਪ੍ਰਸ਼ਾਦਾ ਛਕੂਗਾ, ਨਹੀਂ ਤਾਂ ਨਹੀਂ। ਇੱਥੇ ਕਿਹੜਾ ਪਿਛਲੀਆਂ ਜ਼ਮੀਨਾਂ ਹੁੰਦੀਆਂ ਨੇ, ਉਹੀ ਉੱਥੇ ਕਿਰਤ ਤਾਂ ਕਰਨੀ ਪੈਣੀ ਆ, ਪਰ ਉਸ ਤੋਂ ਬਾਅਦ ਜਿਹੜਾ ਰਹਿਣ ਸਹਿਣ ਦਾ ਜਿਹੜਾ ਢੰਗ ਆ, ਜਿਹੜੇ ਜੀਵਨ ਸ਼ੈਲੀ, ਉਹਨੂੰ ਉੱਪਰ ਕਿੱਦਾਂ ਚੱਕਣਾ ਤਾਂ ਕਿ ਉਹਨਾਂ ਦਾ ਜਿਹੜਾ ਬੁਢੇਪਾ ਵਧੀਆ ਗੁਜ਼ਰ ਚੱਕੇ। ਅੱਜ ਤੁਸੀਂ ਟਾਈਮ ਕੱਢਿਆ ਬਰਸਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਦਰਸ਼ਕ ਇਹ ਸਨ ਸਰਦਾਰ ਕਰਮ ਸਿੰਘ ਬਰਸਟ, ਬਹੁਤ ਸੋਹਣਾ ਵਿਸਥਾਰ ਨਾਲ ਗੱਲ ਸਮਝਾਈ ਕਿ ਖੇਤ ਮਜ਼ਦੂਰਾਂ ਦੇ ਹਾਲਾਤ ਇੱਥੇ ਕਿਉਂ ਨੇ ਅਤੇ ਅਗਾਂਹ ਕੀ ਕਰਨਾ ਚਾਹੀਦਾ। ਦਰਸ਼ਕੋ ਜੇ ਅੰਕੜੇ ਸਾਂਝੇ ਕਰਾਂ ਨਾ, ਪਿੱਛੇ ਜੇ ਕੁਝ ਸਾਲਾਂ ਦੇ ਤਾਂ 7300 ਖੇਤ ਮਜ਼ਦੂਰ ਜਿਹੜੇ ਕਿ 30-40 ਸਾਲ 30-40 ਸਾਲ ਕੰਮ ਕਰਕੇ ਖੁਦਕੁਸ਼ੀਆਂ ਕਰ ਗਏ, 7300। ਕਿਉਂ? ਕਿਉਂਕਿ ਗਰੀਬੀ ਅਤੇ ਜ਼ਹਿਮਤ ਨੇ ਉਹਨਾਂ ਦਾ ਖਹਿੜਾ ਨਹੀਂ ਛੱਡਿਆ। ਜੇ ਛੋਟੇ ਤੋਂ ਛੋਟਾ ਜ਼ਿਮੀਂਦਾਰ ਵੀ ਹੁੰਦਾ ਤਾਂ ਉਹ ਕਿਸੇ ਨਾ ਕਿਸ ਤਰ੍ਹਾਂ ਗੁਜ਼ਾਰਾ ਕਰ ਲੈਂਦਾ, ਖਾਣੇ ਤਾਂ ਦੋ ਫੁਲਕੇ ਹੁੰਦੇ, ਪਰ ਉਹਨਾਂ ਵਿਚਾਰਿਆਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ। ਆਪਦੇ ਆਲੇ ਦੁਆਲੇ ਜ਼ਰੂਰ ਝਾਤ ਮਾਰਿਓ, ਜਿੰਨਾ ਹੋ ਸਕੇ ਆਪਾਂ ਹੈਲਪ ਕਰੀਏ, ਤਾਂ ਕਿ ਕਹਿੰਦੇ ਹੁੰਦੇ ਨਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਵੈਸਣ ਪਾਈਏ, ਆਪਣੇ ਗੁਰਬਾਣੀ ਦੇ ਅਨੁਸਾਰ ਜੇ ਆਪਾਂ ਕੁਛ ਕਰ ਸਕੀਏ ਕਿਸੇ ਲਈ। ਹੋਪਫੁਲੀ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ, ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।